ਇਹ ਬੱਚਾ ਤੇ ਇਹ ਬੱਚਾ ਦੇਖਣ ਨੂੰ ਸੇਮ ਲੱਗਦੇ ਆ ਪਰ ਇਹਨਾਂ ਦੀ ਮਾਵਾ ਇੱਕ ਨੇ ਪਿਓ ਅਲੱਗ-ਅਲੱਗ ਨੇ ਹੋਈ ਤਾਂ ਇਹ ਮਾਸੀਆਂ ਦੇ ਪੁੱਤੀ ਨੇ ਹੈ। ਵੈਡਿੰਗ ਕਰਾਉਣਾ ਇੱਕ ਜ਼ਰੂਰਤ ਹੈ। ਤੇ ਬੰਦਿਆਂ ਵਾਂਗ ਨਹੀਂ ਇਦਾਂ ਵੀ ਮਤਲਬ ਜਦੋਂ ਮਰਜ਼ੀ ਜਦੋਂ ਮੂਜੀ ਕੀਤਾ ਜਦੋਂ ਮਰਜ਼ੀ ਇਹ ਨਹੀਂ ਹੈਗਾ। ਇਹ ਟਾਈਮ ਟੂ ਟਾਈਮ ਆ। 8 ਦੇ ਵਰਗੇ ਇਹਨੇ ਭੈਣ ਨੂੰ ਵਾਰੀਆਂ ਨੇ। ਜੀ। ਕਿ ਇਹਨਾਂ ਵਿੱਚ ਵੀ ਇਸ ਤਰ੍ਹਾਂ ਵਾਪਰਦਾ ਵੀ ਜੇ ਨਹੀਂ ਉਹ ਇੱਕ ਦਾ ਹੁੰਦਾ ਨਾ ਜੀ ਜਿਹੜੇ ਇਹ ਮਤਲਬ ਪ੍ਰਕਿਰਿਆ ਹੈ ਨਾ ਡੌਗ ਦੀ ਡੌਗ ਕੀ ਹੋਊਗਾ ਮੈਨੂੰ ਸਾਰੇ ਰਿਸ਼ਤਿਆਂ ਨਾਲੋਂ ਨੇੜੇ ਇਹ ਲੱਗਦੇ ਨੇ ਕਿਉਂਕਿ ਮੈਂ ਮੇਰੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਧ ਬੇਸਤ ਗੁੱਸੇ ਹੋ ਜਾਣਗੇ ਇਸ ਗੱਲੋਂ ਕੋਈ ਨਹੀਂ ਜੀ ਰਿਸ਼ਤ ਨਹੀਂ ਰਿਸ਼ਤਾ ਦਾ ਆਬਦੀ ਜਗ੍ਹਾ ਨਹੀਂ ਇਹ ਬਿਜ਼ਨਸ ਦਾ ਬਿਜ਼ਨਸ ਦੇ ਵਿੱਚੋਂ ਆਪਾਂ ਬਹੁਤ ਕੁਝ ਅਚੀਵ ਕਰ ਸਕਦੇ ਹਾਂ ਪਰ ਜਿਹੜਾ ਕੁਝ ਬਿਜ਼ਨਸ ਦੇ ਸਕਦਾ ਉਹ ਸ਼ਾਇਦ ਨੌਕਰੀ ਨਹੀਂ ਦੇ ਸਕਦੀ ਕੁੱਤਿਆਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਟਿਊਮਰ ਦੀ ਪਾਰਵੋ ਸਭ ਤੋਂ ਖਤਰਨਾਕ ਬਿਮਾਰੀ ਹੈ ਪਾਰਵੋ ਪਾਰਵੋ ਕੁੱਤਿਆਂ ਨੂੰ ਪੈਂਦੀ ਹੈ ਸਭ ਤੋਂ ਜ਼ਿਆਦਾ ਜੇ ਉਹਦੀ ਵੈਕਸੀਨ ਨਹੀਂ ਹੋਈ ਪ੍ਰੋਪਰ ਤਾਂ ਵੈਕਸੀਨ ਹੋਣ ਦੇ ਦੌਰਾਨ ਵੀ ਪਾਰਵੋ ਹੋ ਜਾਂਦੀ ਹੈ ਉਹਦਾ ਕਾਰਨ ਕੀ ਆ ਜਦੋਂ ਤੁਸੀਂ ਕੁਤੇ ਰੱਖ ਲੋਗੇ ਨਾ ਤੁਹਾਨੂੰ ਡਿਪਰੈਸ਼ਨ ਨਹੀਂ ਹੋਣਾ ਡੌਗ ਰੱਖਣਾ ਕੀ ਆ ਡੌਗ ਹਰੇਕ ਬੰਦੇ ਦੀ ਨੀਡ ਨਹੀਂ ਹੈਗੀ ਸ਼ੌਕ ਹੂੰ ਸ਼ੌਕ ਹਮੇਸ਼ਾ ਮਹਿੰਗੇ ਹੀ ਹੁੰਦੇ ਨੇ ਤੁਹਾਡਾ ਡੌਗ ਦੇਖ ਕੇ ਤੁਹਾਨੂੰ ਪੁੱਛੋ ਵੀ ਯਾਰ ਕੁੱਤਾ ਨਾ ਲੱਭੋ ਇਹਦਾ ਬਰੀਡਰ ਲੱਭੋ ਵੀ ਇਹਨੇ ਬਰੀਡਿੰਗ ਕੀਨੇ ਕੀਤੀ ਹੈ ਹੂੰ ਸਵਾਦ ਫੇਰ ਆਉਂਦਾ ਬਰੀਡਿੰਗ ਕਰਨ ਦਾ ਆਦਰਵਾਇਜ਼ ਤਾਂ ਏ ਦੇ ਫਾਦਰ ਦੀ ਇੱਕੋ ਹੀ ਖਾਸੀਅਤ ਆ ਵੀ ਇਹ ਚਾਕਲੇਟ ਬੱਚੇ ਪੈਦਾ ਕਰਦਾ ਇਹ ਕਲੀਅਰ ਹੈ ਕਲੀਅਰ ਹੈ ਹਸੀ ਕਾਲ ਮੈਂ ਸੁਖੀ ਮੰਗਾਣੀਆਂ ਤੁਸੀਂ ਜੁੜੇ ਹੋ ਸਿਰਲੇਖ ਦੇ ਨਾਲ ਮਾਨਸਾ ਜ਼ਿਲ੍ਹੇ ਦੇ ਸ਼ਹਿਰ ਬੁਰਲਾਡਾ ਪਹੁੰਚੇ ਆ ਮੇਰੇ ਨਾਲ ਬਾਈ ਮਨਪ੍ਰੀਤ ਬਲੱਡ ਹੈ ਬੜੇ ਲੰਮੇ ਸਮੇਂ ਤੋਂ ਕੁੱਤਿਆਂ ਦਾ ਵਪਾਰ ਕਰਦਾ ਹੈ ਕੁੱਤਿਆਂ ਦਾ ਲਵਰ ਹੈ ਕੁੱਤਿਆਂ ਨੂੰ ਪਿਆਰ ਕਰਨ ਵਾਲਾ ਹੈ ਪਹਿਲਾਂ ਵੀ ਅਸੀਂ ਮੁਲਾਕਾਤ ਕੀਤੀ ਸੀ ਪਰ ਕੁਝ ਗੱਲਾਂ ਸਾਨੂੰ ਲੱਗੀਆਂ ਕਿ ਕੁਝ ਚੀਜ਼ਾਂ ਹੋਰ ਗੱਲਾਂ ਨੇ ਜਿਹੜੀਆਂ ਉਹ ਕਰਨੀਆਂ ਬਣਦੀਆਂ ਨਹੀਂਆਂ ਬੇਸ਼ੱਕ ਅਸੀਂ ਜੇ ਪੋਜ਼ਿਟਿਵ ਗੱਲ ਕਰੀਏ ਤਾਂ ਲੋਕ ਕੁੱਤਿਆਂ ਨੂੰ ਵਫਾਦਾਰ ਜਨਮ ਵਰ ਕਹਿੰਦੇ ਨੇ ਕਿੰਨੀ ਆਕ ਵਫਾਦਾਰ ਨਿਭਾਉਂਦੇ ਨੇ ਕੁੱਤੇ ਕੁੱਤਿਆਂ ਨੇ ਮਨਪਿਤ ਨੂੰ ਕੀ ਕੁਝ ਦਿੱਤਾ ਹੈ ਕੀ ਕੁੱਤਿਆਂ ਦਾ ਬਿਜ਼ਨਸ ਕੁੱਤਿਆਂ ਦਾ ਕੰਮਕਾਰ ਜ਼ਿੰਦਗੀ ਨੂੰ ਸਕਸੈਸ ਦਿੰਦਾ ਹੈ ਸਫਲ ਬਣਾਉਂਦਾ ਹੈ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਨੂੰ ਸੁਣ ਕੇ ਅਚੰਭਾ ਹੋਇਆ ਸੀ ਵੀ ਯਾਰ ਇਹ ਵੀ ਮਨੁੱਖਾਂ ਬਾਗ ਹੀ ਰਿਸ਼ਤੇ ਗੰਢਦੇ ਨੇ ਮਨੁੱਖਾਂ ਬਾਗ ਹੀ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਜਿਵੇਂ ਮਨੁੱਖ ਰਿਐਕਸ਼ਨ ਕਰਦੇ ਨੇ ਉਸੇ ਤਰ੍ਹਾਂ ਕੁੱਤੇ ਵੀ ਰਿਐਕਸ਼ਨ ਕਰਦੇ ਨੇ ਕਰਦਿਆ ਮਨਬੀਤ ਨੇ ਗੱਲ ਅੱਜ ਕੁੱਤਿਆਂ ਦੇ ਕੰਮ ਵਿੱਚ ਰਹਿ ਕੇ ਕੀ ਮਹਿਸੂਸ ਕਰਦਾ ਹੈ ਕੀ ਹਾਲ ਹੈ ਮਨਬੀਤ ਬਈ ਸਤਿ ਸ੍ਰੀ ਅਕਾਲ ਤੁਹਾਡੇ ਸਾਰੇ ਚੈਨਲ ਦੇ ਜਿੰਨੇ ਵੀ ਤੁਹਾਡੇ ਸਬਸਕ੍ਰਾਈਬਰ ਨੇ ਜਿੰਨੇ ਤੁਹਾਡੇ ਨਾਲ ਜੁੜੇ ਹੋਇਆ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਸੀਂ ਦੁਬਾਰਾ ਮੈਨੂੰ ਮੇਰੇ ਕੋਲ ਪਹੁੰਚਿਓ ਮੈਂ ਗੱਲ ਉਹੀ ਦੁਬਾਰਾ ਦਰਹਾਉਣਾ ਮੈਂ ਕਿ ਜਦੋਂ ਪਹਿਲੀ ਵਾਰੀ ਕਿਸੇ ਤੋਂ ਨੰਬਰ ਮੰਗਿਆ ਮਨਪ੍ਰੀਤ ਦਾ ਮੈਂ ਮੈਰ ਕੁੱਤਿਆਂ ਦੀ ਇੰਟਰਵਿਊ ਕਰਨੀ ਹੈ ਕੋਈ ਕੁੱਤਿਆਂ ਦੀ ਮੁਲਾਕਾਤ ਕਰਨੀ ਹੈ ਤਾਂ ਮੈਨੂੰ ਜਿਹੜੇ ਬੰਦੇ ਨੇ ਨੰਬਰ ਭੇਜਿਆ ਉਹਨੇ ਲਿਖਿਆ ਸੀ ਮਨਪ੍ਰੀਤ ਡੌਗ ਹੈ ਕੀ ਮਨਪ੍ਰੀਤ ਕੁੱਤਿਆਂ ਵਾਲਾ ਕਿ ਮਨਪ੍ਰੀਤ ਕੁੱਤਾ ਇਹ ਕਹਿਣ ਤੇ ਕਦੇ ਗੁੱਸਾ ਨਹੀਂ ਆਉਂਦਾ ਦੇਖੋ ਜੀ ਗੁੱਸੇ ਦੀ ਗੱਲ ਇਹ ਹੁੰਦੀ ਆ ਤੁਹਾਨੂੰ ਆਪਣੇ ਨਾਮ ਨਾਲ ਜੋੜਨ ਤੇ ਕਦੋਂ ਗੁੱਸਾ ਆਉਂਦਾ ਗੁੱਸਾ ਉਦੋਂ ਆਉਂਦਾ ਜਦੋਂ ਤੁਸੀਂ ਆਪਦੇ ਪੇਸ਼ੇ 'ਚ ਕਾਮਯਾਬ ਨਹੀਂ ਹੁੰਦੇ ਹੂੰ ਅਸੀਂ ਆਪਦੇ ਪੇਸ਼ੇ 'ਚ ਕਾਮਯਾਬ ਆ ਹੂੰ ਸਾਨੂੰ ਫਕਰ ਮਹਿਸੂਸ ਹੁੰਦਾ ਸਾਨੂੰ ਬਹੁਤ ਵਧੀਆ ਲੱਗਦਾ ਅਸੀਂ ਇਹ ਮਤਲਬ ਕੁੱਤਿਆਂ ਵਾਲਾ ਕਹਿਣ ਤੇ ਮਤਲਬ ਮਹਿਸੂਸ ਕਰਦੇ ਆ ਵੀ ਸਾਡੀ ਇੱਕ ਵੱਖਰੀ ਪਛਾਣ ਹੂੰ ਹੁਣ ਹੁੰਦੇ ਤਾਂ ਕਵਾੜੀਏ ਵੀ ਆ ਜੀ ਉਹਨਾਂ ਨੂੰ ਕਹਿ ਦਿੰਦੇ ਆ ਪਰ ਜਿਹੜੇ ਲੋਕ ਆਪਦੇ ਕਵਾੜ ਦੇ ਕੰਮ 'ਚ ਬਹੁਤ ਸਕਸੈਸ ਨੇ ਉਹ ਇਸ ਗੱਲ ਨੂੰ ਕੋਈ ਮਹਿਸੂਸ ਨਹੀਂ ਕਰਦਾ ਇਸ ਕਰਕੇ ਕੁੱਤਿਆਂ ਕਰਕੇ ਅੱਜ ਮੈਂ ਜੋ ਵੀ ਅਚੀਵ ਕੀਤਾ ਜਿੰਨਾ ਵੀ ਸਭ ਕੁਝ ਜਿੱਥੇ ਵੀ ਮੈਂ ਹੈਗਾ ਇਹ ਸਿਰਫ ਮੈਂ ਇਹ ਡੌਗ ਕਰਕੇ ਆ ਇਹ ਡੌਗ ਮੇਰਾ ਤੁਸੀਂ ਦੇਖੋ ਜਦੋਂ ਵੀ ਮੈਂ ਕਿਤੇ ਕਿਤੇ ਵੀ ਚਲੇ ਜਾਵਾਂ ਦੋ ਟਾਈਮ ਇਹਨਾਂ ਨੂੰ ਖਾਣਾ ਪੈਂਦਾ ਪਰ ਮੈਂ ਖਾਣਾ ਪਾਉਣ ਤੋਂ ਪਹਿਲਾਂ ਇਹਨਾਂ ਕੋਲ ਪੁੱਛਣਾ ਹੁੰਦਾ ਇੱਥੇ ਪਹੁੰਚਣਾ ਪਹੁੰਚ ਕੇ ਮੈਂ ਆਪਣੀ ਦੇਖਰੇਖ ਦੇ ਅਨੁਸਾਰ ਹੀ ਤੇ ਮੈਂ ਸਾਰਾ ਕੁਝ ਕਰਾਉਣਾ ਹਾਲਾਂਕਿ ਮੇਰੇ ਜਿਹੜੇ ਫਿਰ ਐਂ ਲੱਗਦਾ ਜਿਦੋਂ ਲੱਗਦਾ ਵੀ ਸ਼ਾਮ ਨੂੰ ਆਉਣਾ ਹੀ ਪੈਂਦਾ ਵੀ ਬਹੁਤ ساری ਜ਼ਿੰਦਗੀ ਦੀਆਂ ਖੁਸ਼ੀਆਂ ਖੇੜੇ ਸਾਨੂੰ ਇਗਨੋਰ ਛੱਡਨੇ ਪੈਂਦੇ ਨੇ ਤੁਸੀਂ ਵਿਆਹ ਹੀ ਗਏ ਮੰਨ ਲਓ ਕਿ ਕਿਸੇ ਤੁਹਾਨੂੰ 2 ਦਿਨ ਰਹਿਣਾ ਪੈਂਦਾ 4 ਦਿਨ ਰਹਿਣਾ ਪੈਂਦਾ ਤੰਗ ਨਹੀਂ ਮਹਿਸੂਸ ਕਰਦੇ ਮਹਿਸੂਸ ਨਹੀਂ ਕਈ ਵਾਰ ਹੋ ਜਾਂਦਾ ਪਰ ਉਹਦੇ ਵਿੱਚ ਕੀ ਪ੍ਰੋਬਲਮ ਆ ਉਹ ਚ ਇਹ ਗੱਲ ਇਹ ਆ ਜੀ ਜਦੋਂ ਅਸੀਂ ਇਹਨਾਂ ਨੂੰ ਡੀਪਲੀ ਜਾਣਦੇ ਹਾਂ ਨਾ ਡੀਪਲੀ ਪਿਆਰ ਕਰਦੇ ਹਾਂ ਮੈਨੂੰ ਸਾਰੇ ਰਿਸ਼ਤਿਆਂ ਨਾਲੋਂ ਨੇੜੇ ਇਹ ਲੱਗਦੇ ਨੇ ਕਿਉਂਕਿ ਮੈਂ ਮੇਰੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਧ ਰਿਸ਼ਤੇ ਗੁੱਸੇ ਹੋ ਜਾਣਗੇ ਇਸ ਗੱਲ ਨਾਲ ਕੋਈ ਨਹੀਂ ਜੀ ਰਿਸ਼ਤਦਾਰ ਨਹੀਂ ਰਿਸ਼ਤਦਾਰ ਆਪਦੀ ਜਗਾ ਨਹੀਂ ਪਰ ਗੱਲ ਇਹ ਆ ਵੀ ਜੋ ਇਹਨਾਂ ਤੋਂ ਮੈਂ ਅਚੀਵ ਕੀਤਾ ਸ਼ਾਇਦ ਹੋਰ ਮੈਂ ਜੇ ਮੈਂ ਨੌਕਰੀ ਕਰਦਾ ਹੁੰਦਾ ਤਾਂ ਮੇਰੀ ਸੈਲਰੀ ਜਿੰਨੀ ਖੋਣੀ ਸੀ ਮੈਂ ਉਸ ਤੇ ਗੁਜ਼ਾਰਾ ਕਰਦਾ ਇਹ ਬਿਜ਼ਨਸ ਹੈ ਬਿਜ਼ਨਸ ਦੇ ਵਿੱਚੋਂ ਆਪ ਬਹੁਤ ਕੁਝ ਅਚੀਵ ਕਰ ਸਕਦੇ ਆ ਨੌਕਰੀ ਪੇਸ਼ਾ ਇੱਕ ਅਲੱਗ ਹੈ ਨੌਕਰੀ ਕੋਈ ਮਾੜੀ ਨਹੀਂ ਹੈਗੀ ਪਰ ਜਿਹੜਾ ਕੁਝ ਬਿਜ਼ਨਸ ਦੇ ਸਕਦਾ ਉਹ ਸ਼ਾਇਦ ਨੌਕਰੀ ਨਹੀਂ ਦੇ ਸਕਦੀ ਜੇ ਮੈਂ ਅੱਜ ਜੋ ਵੀ ਸਕਸੈਸ ਪ੍ਰਾਪਤ ਕੀਤੀ ਐ ਜਿੰਨਾ ਵੀ ਕੁਝ ਮੈਂ ਕੀਤਾਗਾ ਤਾਂ ਮੈਂ ਇਹਨਾਂ ਦੇ ਜ਼ਰੀਏ ਕੀਤਾ ਤੁਸੀਂ ਇਹ ਦੇਖ ਲਓ ਵੀ ਮੈਂ ਆਪਦੇ ਰਿਸ਼ਤੇ ਨਾਤੇ ਹੋਣ ਦੇ ਨਾਤੇ ਮੈਂ ਅੱਜ ਐਸ ਲੈਵਲ ਤੇ ਆ ਵੀ ਇਹਨਾਂ ਦੇ ਵੀ ਰਿਸ਼ਤੇਦਾਰ ਨਾਤੇ ਤਿਆਰ ਨੇ ਹੁਣ ਇਹ ਬੱਚਾ ਤੇ ਇਹ ਬੱਚਾ ਦੇਖਣ ਨੂੰ ਸੇਮ ਲੱਗਦੇ ਆ ਪਰ ਇਹਨਾਂ ਦੀ ਮਾਵਾ ਇੱਕ ਨੇ ਪਿਓ ਅਲੱਗ-ਅਲੱਗ ਨੇ ਹੋਈ ਤਾਂ ਇਹ ਮਾਸੀਆਂ ਦੇ ਪੁੱਤ ਹੀ ਨੇ ਜੀ ਇਦਾਂ ਹੀ ਮੇਰੇ ਕੋਲ ਇਦਾਂ ਹੀ ਇਨਾਂ ਦਾ ਇਦਾਂ ਦੀ ਮਾਮਾਂ ਦਾ ਤਿੰਨਾਂ ਦਾ ਭਰਾ ਮੇਰੇ ਕੋਲ ਆ। ਮਾਂ ਇੱਕ ਹੈ। ਪਿਓ ਬੱਕਰੇ ਬੱਕਰੇ ਪਿਓ ਬੱਕਰੇ ਬੱਕਰੇ ਨੇ। ਹੋਏ ਤਾਂ ਇਹ 마ਸੀਆਂ ਦੇ ਪੁੱਤ ਹੀ ਨਾ। ਲੱਗਦੇ ਤਾਂ ਬੱਚੇ ਸੇਮ ਨੇ। ਪਰ ਇਹ 마ਸੀ ਦੇ ਦੋਨੋਂ 마ਸੀ ਦੇ ਪੁੱਤ ਨੇ। 마ਸੜ ਦੇ ਪੁੱਤ ਕਈ ਫਿਰ ਤਾਂ। 마ਸੀ ਦੇ ਪੁੱਤ ਨੇ। ਇਹਨਾਂ ਦੀਆਂ ਮਾਵਾ ਤਿੰਨੇ ਮੇਰੇ ਕੋਲ ਨੇ। ਮੈਂ ਤੁਸੀਂ ਕਹਿੰਦੇ ਮਾਂ ਇੱਕ ਹੈ ਇਹਨਾਂ ਦੀ। ਨਹੀਂ 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 ਇਹਦੀ ਮਾਂ ਇਹਦੀ ਮਾਂ ਦੋਨੋਂ ਅਲੱਗ-ਅਲੱਗ ਨੇ। ਅੱਛਾ। ਪਰ ਇਹਨਾਂ ਦੇ ਪਿਓ ਅਲੱਗ-ਅਲੱਗ ਨੇ। ਇਹਦਾ ਪਿਓ ਟੌਮ ਆ। ਇਹ ਦਾ ਪਿਓ ਸਿੰਬਾ ਦਾ ਹਾਂ ਪਰ ਇਹਨਾਂ ਦੀ ਤਿੰਨਾਂ ਹੁੰਦੀਆਂ ਜਿਹੜੀ ਮਾਂ ਗਈ ਤਿੰਨੇ ਮਾਮਾ ਨੇ ਤਾਂ ਠੀਕ ਆ ਤਿੰਨ ਫੀਮੇਲਾਂ ਨੇ ਉਹਨਾਂ ਦਾ ਇੱਕ ਭਰਾਗਾ ਉਹ ਇਹਨਾਂ ਦਾ ਫਿਰ ਮਾਮਾ ਲੱਗਿਆ ਨਾ ਹਾਂ ਓਏ ਇਹਨਾਂ ਦਾ ਮਾਮਾ ਲੱਗਿਆ ਹੁਣ ਇਹ ਇਹਦੇ ਚੋਂ ਜਿਹੜੀਆਂ ਵੱਡੀਆਂ ਮਤਲਬ ਇਸ ਇਸ ਦੀ ਇੱਕ ਵੱਡੀ ਮਤਲਬ ਭੈਣ ਆਂਗੀ ਜਿਹਨੇ ਬੱਚੇ ਦਿੱਤੇ ਹੋਏ ਆ ਉਹ ਫਿਰ ਇਹਦਾ ਕੀ ਲੱਗਿਆ ਇਹਨਾਂ ਚ ਵੀ ਅਸੀਂ ਰਿਸ਼ਤੇ ਰਾਤੇ ਕਨਵਰਟ ਕਰ ਰੱਖਿਆ ਮੈਂ ਇੱਕ ਕੁੱਤੇ ਦੇ 5 5 7 7 ਰਿਸ਼ਤੇਦਾਰ ਮੇਰੇ ਕੋਲ ਬੈਠੇ ਨੇ ਬਣ ਗਿਆ ਤੇਰੇ ਭੂਆ ਦੇ ਮਾਮੇ ਦਾ ਮੁੰਡਾ ਮਾਸੀ ਦਾ ਮੁੰਡਾ ਕੀ ਲੱਗਿਆ ਬਸ ਬਿਲਕੁਲ ਬਿਲਕੁਲ ਇਹ ਸਾਰੇ ਮਤਲਬ ਮੇਰੇ ਕੋਲੇ ਇਦਾਂ ਹੀ ਇੱਕ ਇੱਕ ਕੁੱਤੇ ਦੇ 8 8 10 10 ਰਿਸ਼ਤੇਦਾਰ ਮੇਰੇ ਕੋਲ ਪਹਿਲਾਂ ਹੀ ਅਵੇਲੇਬਲ ਨੇ ਜਦੋਂ ਅਸੀਂ ਇੰਗਲਿਸਤਾਨ ਦੀ ਗੱਲ ਕਰਦੇ ਆ ਆਮ ਤੌਰ ਤੇ ਮਨੁੱਖ ਦੇ ਜਦੋਂ ਡਾਕਟਰੀ ਪੇਸ਼ੇ ਤੌਰ ਤੇ ਗੱਲ ਕੀਤੀ ਜਾਂਦੀ ਹੈ ਜੀ ਕਿ ਗੈਰ ਮਰਦ ਜਾਂ ਗੈਰ ਔਰਤ ਨਾਲ ਸੰਬੰਧ ਬਣਾਏ ਤੋਂ ਜੀ ਏਡਜ਼ ਵਰਗੀਆਂ ਇਹ ਭਿਆਨਕ ਬਿਮਾਰੀਆਂ ਨੇ ਜੀ ਕੋਈ ਇਹਨਾਂ ਵਿੱਚ ਵੀ ਇਸ ਤਰ੍ਹਾਂ ਵਰਤਦਾ ਵੀ ਜੇ ਨਹੀਂ ਉਹ ਇਦਾਂ ਹੁੰਦਾ ਨਾ ਜੀ ਜਿਹੜੇ ਇਹ ਮਤਲਬ ਪ੍ਰਕਿਰਿਆ ਹੈ ਨਾ ਡੌਗ ਦੀ ਆ ਡੌਗ ਚ ਕੀ ਹੋਊਗਾ ਮਤਲਬ ਜਦੋਂ ਕੁੱਤੀ ਔਨ ਹੀਟ ਹੋਊਗੀ ਉਹ ਮੀਟਿੰਗ ਉਹਦੇ ਹੀ ਹੋਊਗੀ ਨਾ ਪਹਿਲੇ 9 ਦਿਨ ਉਹ ਉਹਨੇ ਬਲੀਡਿੰਗ ਆਉਣੀ ਆ ਉਸ ਤੋਂ ਬਾਅਦ ਸਾਫ਼ ਹੋਣਾ ਸਾਫ਼ ਹੋਣ ਤੋਂ ਬਾਅਦ ਉਹਦੀ ਮੀਟਿੰਗ ਹੋਣੀ ਆ ਹੂੰ ਤੇ ਇਹਨਾਂ ਦੀ ਜ਼ਰੂਰਤ ਹੈ ਇੱਕ ਹੂੰ ਮੀਟਿੰਗ ਕਰਾਉਣਾ ਇੱਕ ਜ਼ਰੂਰਤ ਹੈ ਤੇ ਬੰਦਿਆਂ ਵਾਂਗ ਨਹੀਂ ਐਦਾਂ ਵੀ ਮਤਲਬ ਜਦੋਂ ਮਰਜ਼ੀ ਜਦੋਂ ਮਰਜ਼ੀ ਕੀਤਾ ਜਦੋਂ ਮਰਜ਼ੀ ਇਹ ਨਹੀਂ ਹੈਗਾ ਇਹ ਟਾਈਮ ਟੂ ਟਾਈਮ ਆ ਐਸੀ ਕਰਕੇ ਤੇ ਨਾ ਹਰੇਕ ਜਾਨਵਰ ਹਰੇਕ ਪੰਛੀ ਆਪਾਂ ਨੂੰ ਕੁਛ ਨਾ ਕੁਛ ਸਿਖਾਉਂਦਾ ਇੰਨਾ ਵਿੱਚ ਵੀ ਇਹੀ ਹੈ ਵੀ ਟਾਈਮ ਟੂ ਟਾਈਮ ਇਹ ਜਿਹੜਾ ਇਹ ਜਿਵੇਂ ਤੁਸੀਂ ਬੋਲ ਰਹੇ ਹੋ ਨਾ ਸ਼ੈਕਸ਼ੂਲ ਜਿਹਾ ਹੋਣਾ ਇੱਕ ਬੱਚੇ ਪੈਦਾ ਕਰਨ ਵਾਸਤੇ ਮੇਰੇ ਹਿਸਾਬ ਨਾਲ ਇਹ ਸੀ ਇੱਕ ਬੱਚੇ ਪੈਦਾ ਕਰਨ ਦੀ ਪ੍ਰਕਿਰਿਆ ਤਾਂ ਇਹਨਾਂ 'ਚ ਇਹ ਪ੍ਰੋਬਲਮ ਨਹੀਂ ਆਉਂਦੀਆਂ ਕੁੱਤਿਆਂ 'ਚ ਕੋਈ ਪ੍ਰੋਬਲਮ ਆਉਂਦੀ ਹੈ ਟਿਊਮਰ ਦੀ ਉਹ ਵੀ ਜੇ ਕਿਸੇ ਕੁੱਤੀ ਨੂੰ ਟਿਊਮਰ ਪਹਿਲਾਂ ਹੋਇਆ ਹੋਵੇ ਉਹ ਤੋਂ ਕੁੱਤਾ ਇਨਫੈਕਟ ਹੋ ਜਾਂਦਾ ਆਦਰਵਾਇਜ਼ ਇਹ ਜਿਹੀਆਂ ਪ੍ਰੋਬਲਮ ਨਹੀਂ ਆਉਂਦੀਆਂ ਦੂਜੀ ਗੱਲ ਇਹ ਆਉਂਦੀ ਹੈ ਕਿ ਜਿਵੇਂ ਪਾਰਬੋ ਸਭ ਤੋਂ ਖਤਰਨਾਕ ਬਿਮਾਰੀ ਹੈ ਪਾਰਬੋ ਪਾਰੋ ਕੁੱਤਿਆਂ ਨੂੰ ਪੈਂਦੀ ਹੈ ਸਭ ਤੋਂ ਜ਼ਿਆਦਾ ਜੇ ਉਹਦੀ ਵੈਕਸੀਨ ਨਹੀਂ ਹੋਈ ਪ੍ਰੋਪਰ ਤਾਂ ਵੈਕਸੀਨ ਹੋਣ ਦੇ ਦੌਰਾਨ ਵੀ ਪਾਰਵੋ ਹੋ ਜਾਂਦੀ ਹੈ ਉਹਦਾ ਕਾਰਨ ਕੀ ਆ ਇਹ ਜਦੋਂ ਕੋਈ ਨਾ ਕੋਈ ਚੀਜ਼ ਜਿਵੇਂ ਲੱਕੜ ਖਾ ਲਈ ਜਾਂ ਮਿੱਟੀ ਖਾ ਲਈ ਉਹ ਅੰਦਰ ਅੰਤੜੀਆਂ ਨੂੰ ਜਾ ਕੇ ਇਨਫੈਕਟ ਕਰ ਦਿੰਦੀ ਆ ਜਦੋਂ ਅੰਦਰ ਪੇਟ ਦੀ ਪ੍ਰੋਬਲਮ ਆ ਗਈ ਡਾਇਰੀਆ ਹੋ ਗਿਆ ਡਾਇਰੀਆ ਤੋਂ ਪਾਰਵੋ ਹੋ ਗਈ ਪਾਰਵੋ ਫਿਰ ਇਹ ਮਤਲਬ ਕੋਈ ਆ ਵੀ ਬਚ ਜੇ ਨਹੀਂ ਤਾਂ ਕੋਈ ਇਲਾਜ ਨਹੀਂ ਹੈਗਾ ਉਹਦਾ ਲਗਭਗ ਕਿੰਨਾ ਸਮਾਂ ਹੋ ਗਿਆ ਤੈਨੂੰ ਕੰਮ ਕਰਦੇ ਨੂੰ ਕੁੱਤਿਆਂ ਦਾ ਸਰ ਮੈਨੂੰ 2005 ਚ ਸ਼ੁਰੂ ਕੀਤਾ ਸੀ ਬਸ 18 ਸਾਲ ਹੋਏ ਨੇ ਹੂੰ ਇਹ ਕੰਮ ਕਰਦੇ ਨੂੰ ਆਪਾਂ ਨੂੰ ਇੱਕ ਤਾਂ ਇਹ ਹੈ ਵੀ ਤੁਸੀਂ ਇੰਨੇ ਕੁੱਤਿਆਂ ਤੋਂ ਪੈਸੇ ਕਮਾ ਰਹੇ ਹੋ ਜੀ ਠੀਕ ਹੈ ਅੱਜ ਕੱਲ ਲੋਕ ਦੋ ਚੀਜ਼ਾਂ ਨੇ ਜਿਹੜੇ ਦੋ ਲੋਕ ਸਿਹਤ ਤੇ ਕੰਮ ਕਰਦੇ ਨੇ ਤੇ ਪੈਸੇ ਤੇ ਕੰਮ ਕਰਦੇ ਨੇ ਜੀ ਇਹਦੇ ਨਾਲ ਤੁਹਾਨੂੰ ਹੋਰ ਕੀ ਫਾਇਦੇ ਨਜ਼ਰ ਆਉਂਦੇ ਨੇ ਕੁੱਤੇ ਰੱਖਣ ਨਾਲ ਸਭ ਤੋਂ ਕੁੱਤੇ ਰੱਖਣ ਦੀ ਸਭ ਤੋਂ ਜ਼ਿਆਦਾ ਜਿਹੜਾ ਬੈਨੀਫਿਟ ਹੈ ਬਿਮਾਰੀਆਂ ਤੋਂ ਅੱਜ ਕੱਲ ਅੱਜ ਕੱਲ ਕੀ ਹੈ ਜੀ ਬਿਮਾਰੀਆਂ ਤੋਂ ਬਹੁਤ ਰਹਿਤ ਕਰ ਰਹੇ ਨੇ ਉਹਦਾ ਕਾਰਨ ਕੀ ਆ ਕਾਰਨ ਇਹ ਆ ਵੀ ਜਦੋਂ ਤੁਸੀਂ ਕੁੱਤੇ ਰੱਖ ਲੋਗੇ ਨਾ ਤੁਹਾਨੂੰ ਡਿਪਰੈਸ਼ਨ ਨਹੀਂ ਹੁੰਦਾ ਤੁਸੀਂ ਜਿੰਨੇ ਮਰਜ਼ੀ ਥੱਕਿਓ ਆਕਿਓ ਕੁਝ ਮਰਜ਼ੀ ਕੀਤਾ ਤੁਸੀਂ ਆਪਣੇ ਕੁੱਤੇ ਨਾਲ ਜਦੋਂ ਵੀ ਤੁਸੀਂ ਆ ਕੇ ਉਹਦੇ ਬੈਠੇ ਉਹਦੇ ਨਾਲ ਕੋਈ ਕੋਈ ਵੀ ਕੋਈ ਵੀ ਟਾਕ ਕੀਤੀ ਠੀਕ ਹੈ ਨਾ ਐਕਟੀਵਿਟੀ ਕੋਈ ਵੀ ਕੀਤੀ ਤਾਂ ਤੁਹਾਡਾ ਸਟ्रेस ਜਿਹੜਾ ਖਤਮ ਹੋ ਜਾਂਦਾ ਮੋਸਟਲੀ ਡਾਕਟਰ ਇਹ ਗੱਲ ਜਿਹੜਾ ਬੰਦਾ ਜ਼ਿਆਦਾ ਕਿਸੇ ਬਿਜ਼ਨਸ ਚੋਂ ਘਾਟਾ ਪੈ ਗਿਆ ਜਾਂ ਜ਼ਿਆਦਾ ਸਟ्रेस ਹੈ ਜੀ ਨੂੰ ਉਹ ਕੁੱਤੇ ਰੱਖਣ ਦੀ ਸਲਾਹ ਦੇ ਰਹੇ ਨੇ ਡਾਕਟਰ ਹੂੰ ਡੌਗ ਦੇ ਵਿੱਚ ਤੁਸੀਂ ਇਹ ਦੇਖ ਲਓ ਵੀ ਜਦੋਂ ਹੁਣ ਮੰਨ ਲਓ ਸ਼ਹਿਰਾਂ ਦੇ ਵਿੱਚ ਕੀ ਹੁੰਦਾ ਜੀ ਮਤਲਬ ਮੋਸਟਲੀ 30 70 20 70 ਇਹ ਜੇ ਮਕਾਨ ਨੇ ਕੁੱਤਾ ਜਿਹਨੂੰ ਸ਼ੌਂਕ ਆ ਉਹਨੇ ਰੱਖਣੇ ਰੱਖਣਾ ਡੌਗ ਰੱਖਣਾ ਕੀ ਆ ਡੌਗ ਹਰੇਕ ਬੰਦੇ ਦੀ ਨੀਡ ਨਹੀਂ ਹੈਗੀ ਸ਼ੌਕ ਹੈ ਹੂੰ ਸ਼ੌਕ ਹਮੇਸ਼ਾ ਮਹਿੰਗੇ ਹੀ ਹੁੰਦੇ ਨੇ ਇਸ ਕਰਕੇ ਜਦੋਂ ਵੀ ਜਦੋਂ ਵੀ ਕੋਈ ਬੰਦਾ ਹੌਣ ਮੰਨ ਕੇ ਚਲੋ ਜੇ ਜਦੋਂ ਕੋਈ ਸ਼ੌਕ ਲੈਂਦਾ ਕੋਈ ਵੀ ਚੀਜ਼ ਸ਼ੌਕ ਲਈ ਲੈਂਦਾ ਤਾਂ ਉਹ ਉਹ ਚੰਗੀ ਬੰਦਾ ਜਿਹੜਾ ਜਿਹੜਾ ਅਫੋਰਡ ਕਰ ਸਕਦਾ ਉਹੀ ਇਹ ਸ਼ੌਕ ਪਾਲਦਾ ਅਦਰਵਾਈਜ਼ ਤਾਂ ਨਹੀਂ ਮਤਲਬ ਉਹ ਕਰ ਸਕਦਾ ਡੌਗ ਲਵਰ ਜੀ ਤੇ ਡੌਗ ਬ੍ਰੋਕਰ ਜੀ ਕੀ ਫਰਕ ਹੈ ਨਾ ਚ ਜਿਹੜਾ ਡੌਗ ਲਵਰ ਹੈ ਨਾ ਡੌਗ ਬਰੀਡਰ ਬੋਲਦੇ ਇਹਨੂੰ ਡੌਗ ਬਰੀਡਰ ਹਮੇਸ਼ਾ ਇਹ ਦੇਖੂਗਾ ਵੀ ਮੈਂ ਇੱਕ ਨਵੀਂ ਚੀਜ਼ ਪੇਸ਼ ਕਰਨ ਨਵਾਂ ਮੈਂ ਲੋਕਾਂ ਨੂੰ ਇੱਕ ਨਵਾਂ ਕੁਝ ਨਾ ਕੁਝ ਅਹਜਾ ਪੈਦਾ ਕਰਕੇ ਦੇਖਾਂ ਜਿਹਦੇ ਦੁਨੀਆ ਦੇਖੇ ਹੂੰ ਤੇ ਜਿਹੜਾ ਬ੍ਰੋਕਰ ਆ ਬ੍ਰੋਕਰ ਨੇ ਬੱਚਾ ਚੱਕਣਾ ਉਹਨੇ ਸੇਲ ਕਰ ਦੇਣਾ ਡੀਲਰ ਹੈ ਬ੍ਰੋਕਰ ਉਹਨੇ ਉਹਨੂੰ ਕੋਈ ਮਤਲਬ ਨਹੀਂ ਉਹਨੂੰ ਆਪਣੇ ਪੈਸਿਆਂ ਤੱਕ ਮਤਲਬ ਆ ਜਿਹੜਾ ਹੈਗਾ ਡੌਗ ਬਰੀਡਰ ਆ ਬਰੀਡਰ ਨੇ ਪਹਿਲਾਂ ਤਾਂ ਸ਼ੁਰੂਆਤ ਚ ਤਾਂ ਇਹ ਦੇਖਣਾ ਵੀ ਮੈਂ ਮੈਚਿੰਗ ਕਿਸ ਫੀਮੇਲ ਨਾਲ ਕਰਨੀ ਆ ਉਸ ਦੀ ਜਦੋਂ ਮੈਚਿੰਗ ਕਰੂਗਾ ਤਾਂ ਮੀਟਿੰਗ ਮਤਲਬ ਬੱਚੇ ਚੰਗੇ ਤੋਂ ਚੰਗੇ ਲਾਈਨ ਅਪ ਪੈਦਾ ਕਰਨ ਲਈ ਠੀਕ ਹੈ ਉਹ ਚੰਗੇ ਤੋਂ ਚੰਗੇ ਮਤਲਬ ਮੇਲ ਨਾਲ ਮੀਟਿੰਗ ਕਰਾਊਗਾ ਸਟਰੋਂਗ ਬਲੱਡ ਕੱਢੂਗਾ ਦੂਜੀ ਗੱਲ ਇਹ ਆ ਵੀ ਜਿਹੜਾ ਡੌਗ ਬਰੀਡਰ ਆ ਨਾ ਜੀ ਬਰੀਡਰ ਨੂੰ ਹਰੇਕ ਬਿਮਾਰੀਆਂ ਦਾ ਚੰਗੇ ਮਾੜੇ ਦਾ ਉਹਨੂੰ ਖਾਣੇ-ਦਾਣੇ ਦਾ ਸਭ ਕੁਝ ਪਤਾ ਹੋਊਗਾ। ਹੂੰ ਜਿਹੜਾ ਬ੍ਰੋਕਰ ਆ ਉਹਨੂੰ ਕਿਉਂਕਿ ਉਹਨੇ ਚੀਜ਼ਾਂ ਝੱਲੀਆਂ ਨਹੀਂ ਹੁੰਦੀਆਂ, ਉਹਨੇ ਦੇਖੇ ਨਹੀਂ ਹੁੰਦੀਆਂ। ਹੁਣ ਇਸ ਬੱਚੇ ਦੀ 1 ਘੰਟੇ ਤੋਂ ਲੈ ਕੇ ਜਦੋਂ ਤੱਕ ਇਹ ਵੱਡਾ ਹੋਊਗਾ ਮੰਨ ਲਓ ਮੇਰੇ ਕੋਲ ਹੋਊਗਾ ਇਹਦੀ ਮੇਰੀ ਮੇਰਾ ਇਹਦੇ ਨਾਲ ਸਾਰੀ ਨੈਚੁਰਲੀ ਜਿਵੇਂ ਆਪਾਂ ਇੱਕ ਬੱਚਾ ਪੈਦਾ ਕਰਦੇ ਆਂ ਪੈਦਾ ਕਰਨ ਤੋਂ ਲੈ ਕੇ ਅੱਜ ਤੱਕ ਮੈਂ ਇਹਦਾ ਕੱਲਾ-ਕੱਲਾ ਮੂਵਮੈਂਟ ਪਤਾ ਮੈਨੂੰ। ਕਦੋਂ ਇਹ ਕੀ ਹੋਇਆ ਕਦੋਂ ਕੀ ਹੋਇਆ ਆਪਾਂ ਕਹਿੰਦੇ ਨਾ ਵੀ ਜਿਵੇਂ ਵੀ ਮੇਰਾ ਬੱਚਾ ਛੋਟਾ ਹੁੰਦਾ ਇਦਾਂ ਚੇਂਜ ਹੋ ਗਿਆ ਸੀਗਾ ਇਸ ਬੱਚੇ ਨੇ ਜਿਸ ਦਿਨ ਜਨਮ ਲਿਆ ਉਸ ਦਿਨ ਹੋ ਟਾਈਪ ਦਾ ਸੀ ਜਦੋਂ ਇਹ ਥੋੜਾ ਜਿਹਾ ਵੱਡਾ ਹੋਇਆ ਹੋ ਟਾਈਪ ਦਾ ਹੋ ਗਿਆ ਜਦੋਂ ਇਹ ਹੁਣ ਇਹ 1 ਮਹੀਨੇ ਦਾ ਹੋ ਗਿਆ ਤਾਂ ਹੋ ਟਾਈਪ ਇਸ ਕਰਕੇ ਵੀ ਡੌਗ ਬਰੀਡਰ ਆ ਜਿਹੜਾ ਹਮੇਸ਼ਾ ਮੈਂ ਜਿੰਨੇ ਵੀ ਮੇਰੇ ਕੁੱਤੇ ਵਾਲੇ ਚਾਹਣ ਨਾਲ ਦੇਖੋ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਡੌਗ ਬਰੀਡਰ ਬਣੋ ਬ੍ਰੋਕਰ ਨਾ ਬਣੋ ਹੂੰ ਤੁਸੀਂ ਬਰੀਡਰ ਬਣ ਕੇ ਪੈਸੇ ਕਮਾ ਸਕਦੇ ਹੋ ਬ੍ਰੋਕਰ ਬਣ ਕੇ ਨਹੀਂ ਨਾਮ ਜਿਹੜਾ ਬਣਦਾ ਹਮੇਸ਼ਾ ਡੌਗ ਬਰੀਡਰ ਬਣ ਕੇ ਹੀ ਬਣਦਾ ਬ੍ਰੋਕਰ ਬਣ ਕੇ ਤੁਹਾਡਾ ਨਾਮ ਨਹੀਂ ਬਣਦਾ ਸ਼ੁਰੂਆਤ ਹੀ ਤੁਸੀਂ ਬਰੀਡਿੰਗ ਤੋਂ ਕੀਤੀ ਸੀ ਬਿਲਕੁਲ ਅਸੀਂ ਸ਼ੁਰੂਆਤ ਬਰੀਡਿੰਗ ਤੋਂ ਕੀਤੀ ਪਰ ਬਰੀਡਿੰਗ ਦੇ ਵਿੱਚ ਸਕਸੈਸਫੁਲ ਬਹੁਤ ਲੇਡ ਮਿਲਦੀ ਆ ਲੇਟ ਮਿਲਦੀ ਆ ਪਰ ਟਾਈਮ ਇਹ ਆ ਵੀ ਜਦੋਂ ਤੁਸੀਂ ਮੰਨ ਲਓ ਮੈਂ ਬੱਚਾ ਪੈਦਾ ਕਰ ਲਿਆ ਹੁਣ ਜੇ ਮੇਰੇ 6 ਮਹੀਨੇ ਮੇਰੇ ਕੋਲ ਬੱਚੇ ਨਹੀਂ ਹੋਣਗੇ ਨਾ ਤਾਂ ਮੈਂ ਸੇਲ ਨਹੀਂ ਕਰੂੰਗਾ ਹੂੰ ਮੈਂ ਜਦੋਂ ਮੇਰੇ ਕੋਲ ਪੈਦਾ ਹੋਣਗੇ ਨਾ ਮੈਂ ਕਿਉਂਕਿ ਦੇਖੋ ਜੀ ਕੀ ਆ ਡੌਗ ਬਰੀਡਿੰਗ ਕੀ ਆ ਇੱਕ ਆਪਾਂ ਘਰ ਬਣਾਉਨੇ ਆ ਆਪਾਂ ਨੂੰ ਪਤਾ ਹੁੰਦਾ ਨਿਓਂ ਚ ਅਸੀਂ ਕੀ ਲਾਇਆ ਫਿਰ ਆਪਾਂ ਨੂੰ ਪਤਾ ਆਪਾਂ ਡੀਪੀਸੀ ਕੀ ਪਾਈ ਆ ਫਿਰ ਆਪਾਂ ਨੂੰ ਪਤਾ ਵੀ ਆਪਾਂ ਟੂਟੀਆਂ ਕਹੇ ਜੀਆਂ ਲਾਈਆਂ ਟੈਲਾਂ ਕਹੇ ਜੀਆਂ ਲਾਈਆਂ ਇਹ ਬਰੀਡਿੰਗ ਉਹ ਚੀਜ਼ ਆ ਵੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਹੁਣ ਤੁਸੀਂ ਮੇਰੇ ਕੋਲ ਉਧਰ ਬੱਚੇ ਦੇਖ ਕੇ ਆਏ ਜਿਹੜੇ ਜਦੋਂ ਤੁਸੀਂ ਪਹਿਲਾਂ ਆਏ ਸੀ ਉਹ 2-2 ਮਹੀਨਿਆਂ ਦੇ ਸੀਗੇ ਹਮ ਅੱਜ ਉਹ ਬੱਚੇ 8-8 9-9 ਮਹੀਨੇ ਇੱਕ ਪ੍ਰੋਸੈਸ ਕੰਪਲੀਟ ਹੋ ਗਿਆ ਮੇਰੇ ਕੋਲ 15-16 ਅਲੱਗ ਤੋਂ ਫੀਮੇਲ ਆ ਤਿਆਰ ਹੋ ਗਈਆਂ ਤੇ ਫੀਮੇਲ ਆਪਾਂ ਕਦੇ ਵੇਚੀਆਂ ਨਹੀਂ ਸੇਲ ਨਹੀਂ ਕੀਤੀਆਂ ਆਪਾਂ ਆਪਣੀਆਂ ਸਿ ਫੀਮੇਲਾਂ ਦਾ ਰਿਟੇਨ ਕਰ ਲੀਆਂ ਰਿਟੇਨ ਕਰਨ ਤੋਂ ਆਪਦਾ ਇਹ ਸੈਟਅਪ ਸਾਰਾ ਉਸ ਹੱਮਲ ਚੱਲ ਰਿਹਾ ਇਹਦੇ ਇਹਦੇ ਬਰੀਡਿੰਗ ਦੇ ਵਿੱਚ ਜਿਹੜਾ ਬਰੀਡਿੰਗ ਦੇ ਵਿੱਚ ਸਭ ਤੋਂ ਮਤਲਬ ਐਮ ਜਿਹਦਾ ਰੋਲ ਹੈ ਉਹ ਮੇਰੇ ਬਹੁਤ ਹੀ ਅਜੀਜ਼ ਮਿੱਤਰ ਨੇ ਮਨਜੀਤ ਵਰਮਾ ਜੀ ਪਹਾੜਨੇ ਤੋਂ ਬੜਾ ਨਾਮ ਆ ਉਹਨਾਂ ਦਾ ਤੇ ਬੜੇ ਉਹਨਾਂ ਨੇ ਮੈਨੂੰ ਕਦੇ ਵੀ ਡਾਕਟਰ ਕੋਲ ਜਾਣ ਨਹੀਂ ਦਿੱਤਾ ਤੇ ਕਦੇ ਵੀ ਕੋਈ ਪ੍ਰੋਬਲਮ ਹੁੰਦੀ ਹੈ ਵੀ ਮੈਂ ਡਾਕਟਰ ਨਾਲੋਂ ਪਹਿਲ ਉਸ ਬੰਦੇ ਨੂੰ ਦਿੰਨਾ ਕਿਉਂਕਿ ਜਿਹੜਾ ਬਰੀਡਿੰਗ ਕਰਦਾ ਨਾ ਜੀ ਉਹਨੂੰ ਕੱਲੀ-ਕੱਲੀ ਬਿਮਾਰੀ ਦਾ ਕੱਲੀ-ਕੱਲੇ ਦਾਇਰੇ ਦਾ ਕੱਲੇ-ਕੱਲੇ ਚੀਜ਼ ਦਾ ਸਭ ਕੁਝ ਪਤਾ ਹੁੰਦਾ ਤੇ ਉਸ ਬੰਦੇ ਨੇ ਆਪਣਾ ਮਤਲਬ ਜੇ ਆ ਕੁਝ ਵੀ ਆ ਜਿੰਨਾ ਵੀ ਕੈਨਲ ਸੈਟਅਪ ਜਿੰਨਾ ਮਤਲਬ ਅੱਜ ਆਪਾਂ ਲਾਈਨਾਂ ਖੜੀਆਂ ਕੀਤੀਆਂ ਸਿਰਫ ਉਸ ਬੰਦੇ ਦੇ ਥਰੂ ਕੀਤੀਆਂ ਹੂੰ ਕਿਉਂਕਿ ਜੇ ਇਸ ਡੌਗ ਬਰੀਡਿੰਗ ਦੇ ਵਿੱਚ ਇਹ ਆ ਵੀ ਬਰੀਡਿੰਗ ਦੇ ਵਿੱਚ ਜੇ ਤੁਸੀਂ ਇੱਕ ਫੀਮੇਲ ਤੇ ਅਦਰ ਫੀਮੇਲ ਤੇ ਮੇਲ ਚਲਾਓਗੇ ਨਾ ਚੰਗੇ ਤੋਂ ਚੰਗਾ ਮੇਲ ਚਲਾਓਗੇ ਫਿਰ ਤੁਹਾਨੂੰ ਪਤਾ ਲੱਗਦਾ ਵੀ ਵੀ ਠੀਕ ਹੈ ਵੀ ਅਸੀਂ ਬਰੀਡਿੰਗ ਕਰਦੇ ਹਾਂ ਬਰੀਡਿੰਗ ਕਰਨ ਦਾ ਤਾਂ ਮਤਲਬ ਇਹ ਹੋਵੇ ਵੀ ਕੱਲ ਨੂੰ ਤੁਹਾਨੂੰ ਕੋਈ ਤੁਹਾਡਾ ਡੌਗ ਦੇ ਕੇ ਤੁਹਾਨੂੰ ਪੁੱਛੋ ਵੀ ਯਾਰ ਕੁੱਤਾ ਨਾ ਲੱਭੋ ਇਹਦਾ ਬਰੀਡਰ ਲੱਭੋ ਵੀ ਇਹਨੇ ਬਰੀਡਿੰਗ ਕਿਨੇ ਕੀਤੀ ਹੈ ਹਮ ਸਵਾਦ ਫੇਰ ਆਉਂਦਾ ਬਰੀਡਿੰਗ ਕਰਨ ਦਾ ਅਦਰਵਾਈਜ਼ ਤਾਂ ਬ੍ਰੋਕਰ ਠੀਕ ਹੈ ਇੱਕ ਟਾਈਮ ਪੈਸੇ ਇਕੱਠੇ ਹੋ ਜਾਂਦੇ ਨੇ ਬ੍ਰੋਕੇ ਕਰਕੇ ਪਰ ਪੇਸ਼ਾ ਜਾਂ ਨੌਲੇਜ ਜਾਂ ਉਹ ਪਿਆਰ ਜਾਂ ਇਹ ਮਤਲਬ ਸਕਸੈਸ ਨਹੀਂ ਮਿਲ ਸਕਦੀ ਹਮ ਇਹ ਕਰਦੇ ਨਹੀਂ ਕਹਿੰਦੇ ਯਾਰ ਬੰਦਾ ਅਕਲ ਕਰ ਨਹੀਂ ਹੁੰਦੀ ਕਿ ਦੁੱਧ ਦਿੰਦੇ ਨੇ ਇਹ ਐ ਨਹੀਂ ਗੱਲਾਂ ਹੀ ਹੁੰਦੀਆਂ ਹੈ ਤੁਸੀਂ ਕਹਿੰਦੇ ਸੀ ਪਹਿਲਾਂ ਬਹੁਤ ਕਹਿੰਦੇ ਸੀਗੇ ਵੀ ਇਹ ਕਿਹੜਾ ਦੁੱਧ ਦਿੰਦੇ ਤੁਸੀਂ ਸਾਡਾ ਬਰੀਦਾ ਜੀ ਹੈ ਹੁਣ ਨਹੀਂ ਹੁਣ ਤਾਂ ਨਹੀਂ ਮੇਰੀ ਵਾਈਫ ਮੇਰੀ ਮਦਰ ਇਵਨ ਕੇ ਮੇਰੇ ਛੋਟੇ ਛੋਟੇ ਬੱਚੇ ਆ ਠੀਕ ਹੈ ਉਹ ਵੀ ਮੇਰਾ ਬਹੁਤ ਸਾਹ ਦਿੰਦੇ ਆ ਤੇ ਮੇਰੀ ਮਦਰ ਤਾਂ ਤੁਸੀਂ ਐ ਦੇਖ ਲਓ ਹਰ ਕੁੱਤੀ ਦਾ ਪਤਾ ਹੁੰਦਾ ਵੀ ਕਿਹੜੀ ਕੁੱਤੀ ਨੇ ਕਦੋਂ ਬੱਚੇ ਦਿੱਤੇ ਆ ਤੇ ਕਦੋਂ ਇਹਨੇ ਦੁਬਾਰਾ ਬੱਚੇ ਦੇਣੇ ਆ ਕਦੋਂ ਉਹ ਮੇਰੇ ਨਾਲ ਵੱਧ ਮਤਲਬ ਹੁਣ ਇਹਨਾਂ ਦੀ ਰੋਟੀ ਬਣਦੀ ਆ ਮਦਰ ਮੇਰੀ ਉਹ ਇੱਕ ਵੀ ਰੋਟੀ ਮੱਛੀ ਨਹੀਂ ਜਰਦੇ ਪਿੱਛੇ ਜੀ ਕੀ ਹੋਇਆ ਵੀ ਰੋਟੀਆਂ ਮੱਛੀਆਂ ਹੋਈਆਂ ਪਕਾਤੀਆਂ ਤੇ ਉਹਨਾਂ ਨੇ ਲੇਡੀਜ਼ ਦੀ ਉਸ ਦਿਨ ਛੁੱਟੀ ਕਰਤੀ ਵੀ ਜਾਂ ਤਾਂ ਭਾਈ ਇਹਨੂੰ ਆਪ ਦਾ ਇਹਨੂੰ ਸੈੱਟ ਕਰ ਲਾ ਤੇ ਜਾਂ ਫਿਰ ਕੱਲ ਤੋਂ ਮਤਲਬ ਅਸੀਂ ਲੇਡੀਜ਼ ਨਵੀਂ ਰੱਖ ਲਾਂਗੇ ਇਹਨਾਂ ਦੇ ਬਾਰੇ ਕੋਈ ਕੰਪਰੋਮਾਈਜ਼ ਨਹੀਂ ਹੈਗਾ ਕਿਉਂਕਿ ਜੀ ਇਹਨਾਂ ਦੇ ਕਰਕੇ ਹੀ ਅਸੀਂ ਅੱਜ ਚਲੋ ਦੇਖੋ ਮੈਂ ਸਕਸੈਸਾਂ ਸ਼ਾਇਦ ਮੈਂ ਜੀ ਅੱਜ ਇੱਥੇ ਬੈਠਾ ਨਾ ਤੁਸੀਂ ਮੇਰਾ ਇੰਟਰਵਿਊ ਕਰ ਰਹੇ ਹੋ ਨਾ ਤੇ ਸਿਰਫ ਇੰਨਾ ਕਰਕੇ ਕਰ ਰਹੇ ਹੋ ਹੂੰ ਜਿੰਨੀ ਦੁਨੀਆ ਮੈਨੂੰ ਜਾਣਦੀ ਹੈ ਸਿਰਫ ਇੰਨਾ ਕਰਕੇ ਜਾਣਦੀ ਹੈ ਅਦਰਵਾਈਜ਼ ਮੇਰਾ ਕੋਈ ਸ਼ਾਇਦ ਵजूद ਨਾ ਹੁੰਦਾ ਜੇ ਨਾ ਹੁੰਦਾ ਕਿਹੜੀ ਨਸਲ ਦੇ ਕੁੱਤੇ ਨੇ ਜਿਹੜੇ ਮਨਪੀਤ ਨੂੰ ਜ਼ਿਆਦਾ ਪਸੰਦ ਨੇ ਕੁੱਤੇ ਟੈ ਹੈ ਜੀ ਡੌਗ ਦੇ ਵਿੱਚ ਕੀ ਆ ਬਰੀਡਿੰਗ ਹਰੇਕ ਬੰਦਾ ਆਪਦੇ ਦੀ ਚੁਆਇਸ ਆ ਤੇ ਚੂਜ਼ ਕਰਦਾ ਪਰ ਲੈਬਰੇ ਕਹ ਹੈ ਜੀ ਬਰੀਡ ਆ ਜਿਹੜਾ ਈਜ਼ੀਲੀ ਐਡਜਸਟ ਹੋ ਜਾਂਦਾ ਆਪਾਂ ਕੱਲੇ-ਕੱਲੇ ਦੀ ਗੱਲ ਕਿ ਲੈਬਰੇ ਦੀ ਗੱਲ ਕਰਦੇ ਆਂ ਹਾਂਜੀ ਤੁਸੀਂ ਕੁੱਤਾ ਆ ਜਾ ਕੁੱਤੀ ਲੈਣ ਜਾਂਦੇ ਹੋ ਜੀ ਕਿਹੜੀਆਂ ਗੱਲਾਂ ਨੇ ਜਿਹੜੀਆਂ ਵੀ ਸਾਨੂੰ ਹੁਣ ਮੇਰੇ ਵਾਂਗ ਪਤਾ ਲੱਗਿਆ ਬਸ ਠੀਕ ਆ ਯਾਰ ਮੈਂ ਆਈ ਥਿੰਕ ਪਤਾ ਕੀ ਜੀ ਦੇਖੋ ਜਿਹੜੇ ਵੀ ਨਵੇਂ ਕੁੱਤੇ ਬੱਚੇ ਡੌਗ ਲੈਣ ਵਾਲੇ ਨੇ ਉਹਨਾਂ ਨੂੰ ਇਹ ਚਾਹੀਦਾ ਵੀ ਤੁਸੀਂ ਬੱਚਾ ਹਮੇਸ਼ਾ ਕੇਸੀਆਈ ਰਜਿਸਟਰਡ ਲਓ ਕੇਸੀਆਈ ਰਜਿਸਟਰਡ ਕੀ ਆ ਮੈਂ ਤੁਹਾਨੂੰ ਦਿਖਾਉਂਗਾ ਇੱਕ ਪੇਪਰ ਨੇ ਜਿਹਦੇ ਵਿੱਚ ਰਜਿਸਟ੍ਰੇਸ਼ਨ ਹੋਣੀ ਆ ਫਾਦਰ ਦੀਆਂ ਹੂੰ ਉਹਦੇ ਵਿੱਚ ਦਾਦਾ ਦਾਦੀ ਨਾਨਾ ਨਾਨੀ ਹੂੰ ਇਹਦਾ ਫਾਦਰ ਤੇ ਉਸ ਤੋਂ ਬਾਅਦ ਇਹ ਆ ਗਿਆ ਹੂੰ ਉਸ ਤੋਂ ਬਾਅਦ ਉਹਦੀ ਮਦਰ ਦੀਆਂ ਡੈਮ ਜਿੱਥੇ ਲਿਖਿਆ ਹੁੰਦਾ ਡੈਮ ਉਹਦੀ ਮਦਰ ਦੀਆਂ ਮਦਰ ਦੇ ਵਿੱਚ ਕੀ ਹੈ ਮਦਰ ਦੇ ਵਿੱਚ ਵੀ ਇਦਾਂ ਹੀ ਆ ਉਹਦੀਆਂ ਵੀ ਪੰਜ ਪੀੜੀਆਂ ਮੈਂਸ਼ਨ ਹੋਣਗੀਆਂ ਹੂੰ ਜਦੋਂ ਪੰਜ ਪੀੜੀਆਂ ਉਹ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਕਿੰਨਾ ਇੱਕ ਸਟਰੋਂਗ ਬਲੱਡ ਹੈ ਤੇ ਕਿੰਨੀ ਕੁ ਮਿਹਨਤ ਕੀਤੀ ਹੈ ਬੰਦੇ ਨੇ ਦੂਸਰੀ ਗੱਲ ਇਹ ਆ ਵੀ ਇਹ ਦੇਖੋ ਹੁਣ ਇਹ ਇਹ ਬੱਚਾ ਗਾ ਹਮ ਬਥੇਰੇ ਲੋਕ ਮੈਨੂੰ ਕਹਿੰਦੇ ਨੇ ਵੀ ਇਹ ਬੱਚਾ ਮਤਲਬ 3 ਮਹੀਨਿਆਂ ਦਾ 4 ਮਹੀਨਿਆਂ ਦਾ ਹਮ ਪਿਛਲੀ ਇਹ 23 ਤਰੀਕ ਨੂੰ ਹੋਇਆ ਤੇ ਅੱਜ ਦੇਖ ਲਓ ਕਿੰਨੀ ਤਰੀਕ ਨੂੰ ਹੋ ਗਿਆ ਅੱਜ ਤਰੀਕ ਹੋ ਗਈ 28 ਹੋ ਗਈ ਹਮ 23 ਤੇ 5 1 ਮਹੀਨਾ 5 ਦਿਨ 35 ਦਿਨਾਂ ਦਾ ਬੱਚਾ ਤੇ ਸਾਢੇ ਮਤਲਬ 3 ਤੋਂ 4 ਕਿਲੋ ਦਾ weight ਆ ਹੁਣ ਤੁਸੀਂ ear ਦੇਖੋ ear set ਆ ਇਹਦੇ ear ਇਹਦੇ ਹਮੇਸ਼ਾ ਜਿਹੜਾ ਮਤਲਬ ਵਧੀਆ ਬੱਚਾ ਗਾ ਉਹਦੇ ਕੰਨ ਜਿਹੜੇ ਪੂਰੇ ਮਤਲਬ ਵੱਡੇ ਹੋਣੇ ਚਾਹੀਦੇ ਨੇ ਸਾਈਜ਼ ਉਹਦਾ ਵੱਡਾ ਹੋਣਾ ਚਾਹੀਦਾ ਫੇਸ ਫੇਸ ਤੁਸੀਂ ਦੇਖ ਹੀ ਰਹੇ ਹੋ ਬੋਨ ਸਾਈਜ਼ ਟੇਲ ਮੈਕਸਮ ਟੇਲ ਜਿਹੜੀ ਹੈਗੀ ਹੈਗੀ ਉਹ ਇੰਨੀ ਹੋਣੀ ਚਾਹੀਦੀ ਠੀਕ ਹੈ ਇਸ ਕਰਕੇ ਵੀ ਹਮੇਸ਼ਾ ਚੰਗਾ ਬਲੱਡ ਲਓ ਮਨਪ੍ਰੀਤ ਤੁਸੀਂ ਕਹਿ ਰਹੇ ਯਾਰ ਵੀ ਪੀੜੀਆਂ ਦਰਜ ਹੁੰਦੀਆਂ ਨੇ ਜੀ ਆਮ ਤੌਰ ਤੇ ਜਦੋਂ ਕੋਈ ਵਪਾਰ ਫੇਲ ਹੁੰਦਾ ਜੀ ਸਾਡੇ ਸਮਾਜ ਦੇ ਵਿੱਚ ਜੀ ਅਸੀਂ ਹੁੰਨੇ ਆ ਫੇਰ ਕਰਨ ਵਾਲੇ ਜੀ ਜਦੋਂ ਲੋਕ ਧੋਖੇ ਧੜੀਆਂ ਕਰਦੇ ਨੇ ਜੀ ਲੋਕ ਪਲਾਟ ਖਰੀਦਦੇ ਨੇ ਜੀ ਮਾਤਲ ਬੰਦਾ ਜਿਹੜਾ ਵੀ ਮੇਰੇ ਵਰਗਾ ਜਿਹੜਾ ਪਹਿਲੀ ਵਾਰ ਲੈਣ ਲੱਗਦਾ ਜਿਹਨੇ ਚਾਰ ਖੁਰ ਜਗ੍ਹਾ ਲੈਣੀ ਹੁੰਦੀ ਹੈ ਜੀ ਉਹਦੇ ਨਾਲ ਤਾਂ ਕਈ ਵਾਰੀ ਇਹੋ ਜਿਹੀ ਕਰਦੇ ਨੇ ਡੀਲਰ ਜਿਹੇ ਤਸੱਲੀ ਕਰਾਉਂਦੇ ਨੇ ਜੀ ਤੁਸੀਂ ਕੁੱਤਿਆਂ ਦੀ ਗੱਲ ਕੀਤੀ ਕਈ ਵਾਰੀ ਮੱਝਾਂ ਦਾ ਵਪਾਰ ਕੋਈ ਬੰਦਾ ਮੱਝ ਲੈਣ ਜਾਂਦਾ ਜੀ ਕਿਸੇ ਨੇ ਦਿਖਾਉਣਾ ਵੀ ਦੁੱਧ ਜਿਹੜੀ ਮੱਝ ਹੈ ਦੁੱਧ ਵਧ ਦਿੰਦੀ ਹੈ ਜੀ ਸਵੇਰੇ ਉਹਨੂੰ ਚੋਂਦੀ ਨਹੀਂ ਹੈਗੇ ਜੀ ਉਹਨੂੰ ਪੂਰਾ ਦਿਖਾ ਕੇ ਤੜਕ ਜਦੋਂ ਕੋਈ ਮਾਤਲ ਬੰਦਾ ਲੈਣ ਜਾਂਦਾ ਉਹਨੂੰ ਦਿਖਾਉਂਦੇ ਨੇ ਆਹ ਦੇਖੋ ਜੀ ਠੀਕ ਹੈ ਜੀ ਕਈ ਵਾਰੀ ਐਵੇਂ ਵੀ ਕਰਦੇ ਹੁਣ ਤੁਸੀਂ ਕਹਿ ਰਹੇ ਹੋ ਪੀੜੀਆਂ ਜੀ ਸਾਰੇ ਲੋਕ ਤਾਂ ਨਹੀਂ ਦਰਜ ਨਹੀਂ ਦਰਜ ਨਹੀਂ ਕਰਾਉਂਦੇ ਉਹਨਾਂ ਦਾ ਕਿਵੇਂ ਬਚਾਇਆ ਬਚਾਇਆ ਜਾ ਸਕਦਾ ਇਹਨੂੰ ਬਚਾਇਆ ਤਾਂ ਇਹ ਹੈ ਨਾ ਜੀ ਤੁਸੀਂ ਚੰਗੇ ਬਰੀਡਰ ਤੋਂ ਬੱਚਾ ਲਓ ਚੰਗੀ ਦੀ ਪ੍ਰਵਾਸੀ ਦੀ ਹੁਣ ਆਜ ਚੰਗੀ ਦੀ ਪ੍ਰਵਾਸੀ ਆ ਇਹ ਹੈ ਜੀ ਜਿਹੜਾ ਨਾਰਮਲ ਲੋਕ ਬਾਹਰ ਜਿਹੜੇ ਬਰੋਕਿੰਗ ਕਰਦੇ ਆ ਉਹ ਬੱਚਾ ਚੱਕਦੇ ਆ ਚੱਕ ਕੇ ਉਹਦਾ ਕੋਈ ਖਾਨਦਾਨ ਨਹੀਂ ਕੋਈ ਕੁਝ ਨਹੀਂ ਇਹ ਤੁਹਾਨੂੰ ਤੁਹਾਡੀ ਇੰਟਰਵਿਊ ਕਰਦੇ ਆ ਸਾਨੂੰ ਬਥੇਰੇ ਫੋਨ ਕਰਦੇ ਨੇ ਜੀ ਠੀਕ ਹੈ ਮੈਨੂੰ ਐ ਲੱਗਦਾ ਹੁੰਦਾ ਵੀ ਯਾਰ ਮਾਂ ਘਰ ਨਾਲ ਭਜੋ ਅਸੀਂ ਜਿਹਨੂੰ ਖੁਦ ਜਾਣਦੇ ਪਰਸਵੀ ਤੌਰ ਤੇ ਜਦ ਲੱਗਦਾ ਵੀ ਹਾਂ ਵਾਕਿਓ ਕੰਮ ਕਰ ਰਿਹਾ ਪਿਛਲੇ ਲੰਮੇ ਸਮੇਂ ਤੋਂ ਜੀ ਜੀ ਉਹਨੇ ਚਾਰ ਬੰਦੇ ਹੋਰ ਵੀ ਕਹਿੰਦੇ ਨੇ ਵੀ ਹਾਂ ਉਹਦੀ ਸਟੋਰੀ ਕਰਨੀ ਬਣਦੀ ਹੈ ਜੀ ਸਾਨੂੰ ਡਰ ਲੱਗਦਾ ਵੀ ਯਾਰ ਕਿਸੇ ਨੂੰ ਤੋਖਾ ਨਾ ਹੋਵੇ ਚੀਜ਼ ਦਾ ਸਰ ਤੋਖਾ ਤਾਂ ਇਹ ਹੈ ਨਾ ਜੀ ਤੁਸੀਂ ਤੁਸੀਂ ਬ੍ਰੋਕਰ ਤੋਂ ਬੱਚਾ ਨਾ ਲਓ ਉਹਦਾ ਕੀ ਹੈ ਉਹਨੇ ਬੱਚਾ ਚੱਕਿਆ ਉਹਦਾ ਅਗਲਾ ਕੀ ਹੈ ਤੁਸੀਂ ਸੈਟਅਪ ਦੇਖੋ ਜੀ ਉਹਦਾ ਹੂੰ ਤੁਸੀਂ ਮੇਰੇ ਘਰ ਆਏ ਹੋ ਹੂੰ ਮੈਂ ਪ੍ਰੋਪਰ ਸੈਟਅਪ ਲਾਇਆ ਹੋਇਆ ਪ੍ਰੋਪਰ ਕੇਸ ਨੇ ਉਹਨਾਂ ਦੇ ਤੁਸੀਂ ਦੇਖਿਆ ਸਾਰਾ ਕੁਝ ਖੁੱਲ ਉਹਨਾਂ ਨੇ ਖੁੱਲੇ ਰਹਿਣ ਵਾਸਤੇ ਅਲੱਗ ਜਗ੍ਹਾ ਪੈਣ ਵਾਸਤੇ ਅਲੱਗ ਜਗ੍ਹਾ ਖੇਡਣ ਵਾਸਤੇ ਲੱਗ ਜਗਾ ਵਾਸ਼ਿੰਗ ਲਈ ਅਲੱਗ ਜਗਾ ਜਦੋਂ ਤੁਸੀਂ ਕੋਈ ਵੀ ਬਿਜ਼ਨਸ ਚਲਾਓਗੇ ਨਾ ਤੁਸੀਂ ਉਹਨੂੰ ਕਮ ਸੇ ਕਮ ਜਾ ਕੇ ਇਹ ਤਾਂ ਦੇਖੋ ਵੀ ਇਹਦੇ ਪੱਲੇ ਦੱਲੇ ਕੁਝ ਹੈਗਾ ਜਾਂ ਇਹਨੇ ਇਹਨੇ ਮੈਂ ਹੁਣ ਮੈਂ ਗੱਲਾਂ ਕਰਨ ਨੂੰ ਤਾਂ ਕੈਮਰੇ ਤੇ ਕੋਈ ਵੀ ਗੱਲਾਂ ਕਰ ਦੂਗਾ ਪਰ ਜੇ ਇਹਦੀਆਂ ਮੈਂ ਹੁਣ ਤੁਹਾਨੂੰ ਲਾਈਵ ਉੱਥੇ ਜਾ ਕੇ ਦਿਖਾਦਾ ਵੀ ਆਹ ਇਹਦੀ ਮਾਂ ਇਹਦਾ ਇਹਦਾ ਮਾਮਾ ਇਹਦਾ ਚਾਚਾ ਇਹਦਾ ਫੁੱਫੜਾ ਸਭ ਕੁਝ ਏ ਟੂ ਜ਼ेड ਆਪਾਂ ਨੂੰ ਪਤਾ ਹੈ ਉਹਦਾ ਕਾਰਨ ਕੀ ਹੈ ਉਹਦਾ ਪ੍ਰੂਫ ਵੀ ਨੇ ਪ੍ਰੂਫ ਬਿਲਕੁਲ ਮੰਨ ਲਓ ਮੈਂ ਤੁਹਾਨੂੰ ਆ ਕੇ ਪੁੱਛਾਂ ਵੀ ਮੈਨੂੰ ਇਹ ਦੱਸ ਇਹਦਾ ਡੈਡੀ ਸਾਫ਼ ਕਰ ਕੌਣਾ ਜੀ ਬਿਲਕੁਲ ਉਹਦੇ ਇਹ ਦਾ ਡੈਡੀ ਸਾਬਤ ਕਰਨਾ ਕੀ ਆ ਸੁਣ ਤੁਸੀਂ ਪੇਪਰ ਚੱਕੋ ਇਹ ਟੌਮ ਦਾ ਬੱਚਾ ਟੌਮ ਦਾ ਓਨਰ ਕੌਣ ਆ ਮਨਜੀਤ ਤੋਹਾਨੇ ਤੋਂ ਠੀਕ ਹੈ ਜੀ ਮਨਜੀਤ ਵਰਮਾ ਜੀ ਆ ਉਹ ਕੁੱਤਿਆਂ ਕੋ ਨਹੀਂ ਜਾਣਦਾ ਤੇ ਇੱਕ ਗੱਲ ਹੋਰ ਆ ਜਿਹੜੇ ਚੰਗੇ ਬਰੀਡਰ ਨੇ ਬੱਚੇ ਦਾ ਫੇਸ ਦੇ ਕੇ ਦੱਸ ਦਿੰਦੇ ਨੇ ਵੀ ਟੌਮ ਦਾ ਬੱਚਾ ਯਾਦ ਰਹਾ ਜਿਹੜਾ ਆਮ ਬੰਦਾਗਾ ਆਮ ਬੰਦਾ ਠੀਕ ਹੈ ਇਹਨੂੰ ਟੌਮ ਦਾ ਕਹਿ ਕੇ ਵੇਚ ਦੂਗਾ ਪਰ ਟਾਈਮ ਪਾ ਕੇ ਤਾਂ 5 ਮਹੀਨੇ ਬਾਅਦ 6 ਮਹੀਨੇ ਬਾਅਦ ਤਾਂ ਇਹ ਗੱਲ ਸਾਹਮਣੇ ਆ ਜਾਂਦੀ ਹੈ ਜੀ ਜਦੋਂ ਤੁਸੀਂ ਬਰੀਡਿੰਗ ਕੋਈ ਵੀ ਬੰਦਾ ਅੱਜ ਤੁਸੀਂ ਬੱਚਾ ਲੈ ਰਿਹਾ ਹੂੰ ਤੁਸੀਂ ਉਹਦਾ ਸੈਟਅਪ ਦੇਖੋ ਕੀ ਤੁਸੀਂ ਉਹਨੂੰ ਅਫੋਰਡ ਕਰ ਸਕਦੇ ਹੋ ਕੀ ਉਹਦੀ ਜਿਹੜਾ ਉਹ ਉਹ ਦੇਖ ਉਹਨੇ ਬਣਾਇਆਗਾ ਹੁਣ ਮੇਰੇ ਮੈਂ ਠੀਕ ਹੈ ਮੈਂ ਕਹਿਵਾਂ ਤੇ ਤੁਹਾਨੂੰ ਕਹਿ ਦੂੰਗਾ ਕਿ ਤੁਸੀਂ ਆਉਣ ਤੋਂ ਪਹਿਲਾਂ ਤੁਸੀਂ ਮੇਰੀ ਇੰਟਰਵਿਊ ਕੀਤੀ ਇੰਟਰਵਿਊ ਕਰਨ ਤੋਂ ਪਹਿਲਾਂ ਤੁਸੀਂ ਦੇਖਿਆ ਨਾ ਵੀ ਸੈਟਅਪ ਬਣਿਆ ਇਹਦੇ ਕੋਲ ਮੈਂ ਇੱਕ ਕੁੱਤਾ ਰੱਖ ਕੇ ਬਰੀਡਰ ਬਣ ਜਾਉ ਬਰੀਡਰ ਥੋੜਾ ਜਿਹਾ ਉਹ ਉਹ ਬਰੀਡਰ ਨਹੀਂ ਹੈਗਾ ਬਰੀਡਰ ਤਾਂ ਉਹ ਆ ਜਿਨੇ ਕਮ ਸੇ ਕਮ 10 ਪਲੱਸ ਕੁੱਤੇ ਰੱਖੇ ਆ ਵਧੀਆ ਬਰੀਡਿੰਗ ਕਰ ਰਿਹਾ ਵਧੀਆ ਉਹਨੇ ਲਾਈਨਾਂ ਚਲਾਈਆਂ ਵਧੀਆ ਬੱਚੇ ਆ ਅਸੀਂ ਹੁਣ ਜਿੰਨੇ ਵਾਰ ਤੁਸੀਂ ਮੈਂ ਫੋਨ ਮੇਰਾ ਬੰਦ ਕਰਾਤਾ ਮੈਂ ਤਾਂ ਜੰਮੂ ਬੱਚੇ ਜਾ ਰਹੇ ਨੇ ਨਾਸਿਕ ਜਾ ਰਹੇ ਨੇ ਕਿ ਗੁਜਰਾਤ ਜਾ ਰਹੇ ਨੇ ਬੱਚੇ ਉਹ ਲੋਕ ਜਿਹੜੇ ਲੋਕ ਕੁੱਤੇ ਤੁਹਾਡੇ ਖਰੀਦ ਰਹੇ ਨੇ ਜੀ ਜਾਂ ਜਿਨ੍ਹਾਂ ਨੂੰ ਤੁਸੀਂ ਵੇਚ ਰਹੇ ਹੋ ਜੀ ਉਹ ਕੁੱਤੇ ਹੁਣ ਬੰਦਾ ਕੁੱਤੇ ਪਹਿਲਾਂ ਲੋਕ ਰੱਖਦੇ ਸੀਗੇ ਘਰ ਪਾਇਆ ਨਮਾ ਬੰਦੇ ਨੇ ਕੁੱਤਾ ਰੱਖਿਆ ਹਰ ਇੱਕ ਬੰਦਾ ਉਹਦੇ ਘਰ ਤੇ ਰੱਖਦਾ ਸੀ ਜੀ ਤੁਹਾਡੇ ਬਰੀਡਰ ਹੀ ਖਰੀਦ ਰਹੇ ਨੇ ਬ੍ਰੋਕਰ ਖਰੀਦ ਰਹੇ ਨੇ ਨਹੀਂ ਬ੍ਰੋਕਰ ਮੇਰੇ ਤੋਂ ਕੋਈ ਬੱਚਾ ਨਹੀਂ ਖਰੀਦਦਾ ਜੀ ਬ੍ਰੋਕਰ ਮੈਂ ਕਿਉਂਕਿ ਮੇਰਾ ਜਿਸ ਨੂੰ ਪਤਾ ਲੱਗ ਜੇ ਵੀ ਬੰਦਾ ਬ੍ਰੋਕਰ ਹੈ ਨਹੀਂ ਬ੍ਰੋਕਰ ਮੇਰੇ ਨਾਲ ਸੈਟਿੰਗ ਨਹੀਂ ਹੁੰਦੀ ਬ੍ਰੋਕਰ ਦੀ ਕਿਉਂਕਿ ਮੈਂ ਜਿਹੜਾ ਮੇਰੇ ਕੋਲ ਬੱਚਾ ਹੈ ਜੀ ਉਹ 15000 ਪਲੱਸ ਅੱਜ ਦਾ ਲੈਬਰੇ ਦਾ ਰੇਟ 5 ਤੋਂ 6000 ਰੁਪਿਆ ਰੇਟ ਹੈ ਜੀ ਹੂੰ ਪਰ ਮੇਰੇ ਕੋਲੇ 15000 ਤੋਂ ਸ਼ੁਰੂਆਤ ਹੋ ਕੇ 40000 ਰੁਪਏ ਤੱਕ ਬੱਚਾ ਸੇਲ ਹੋ ਰਿਹਾ ਉਹਦਾ ਕਾਰਨ ਕੀ ਆ ਕਿਉਂਕਿ ਜਿਹੜੇ ਸਮਝਦਾਰ ਲੋਕ ਨੇ ਜੇ ਹੁਣ ਮੰਨ ਲਓ ਕਿ ਗੁਜਰਾਤ ਬੱਚਾ ਵੇਚਣਾ ਗੁਜਰਾਜ ਬੱਚਾ ਜਿਹਨੇ 25000 ਦਾ ਬੱਚਾ ਲੈਣਾ ਸਰ ਤੁਹਾਨੂੰ ਗੁਜਰਾਤ ਤੋਂ ਬੈਠਾ ਬੰਦਾ 25000 ਪਾ ਰਿ ਉਸ ਤਾਂ ਉਹਨੇ ਦੇਖਿਆ ਤੁਹਾਡਾ ਇੰਸਟਾਗ੍ਰam ਦੇਖਿਆ ਤੁਹਾਡੀ ਫੇਸਬੁੱਕ ਦੇਖੀ ਤੁਹਾਡੀ ਫੇਸ ਵੈਲਿਊ ਦੇਖੀ ਫਿਰ ਉਹਨੇ ਦੇਖਿਆ ਵੀ ਇਹ ਕਿਸ ਬੰਦੇ ਤੋਂ ਇਹਨੇ ਉਹ ਕੀਤਾ ਠੀਕ ਹੈ ਨਾ ਜਿਹੜਾ ਹੁਣ ਲੋਕਲ ਹੈ ਜੇ ਕੋਈ ਸਾਡੇ ਤੋਂ ਮੈਂ ਮਾਫੀ ਚਾਹੁੰਨਾ ਜੇ ਕੋਈ 10000 ਵਾਲਾ ਵੀ ਸਾਡੇ ਕੋਲ ਫੋਨ ਆਉਂਦਾ ਤਾਂ ਅਸੀਂ ਉਹਨੂੰ ਕਹਿੰਨੇ ਆਂ ਵੀ ਸੌਰੀ ਤੁਸੀਂ ਪਲੀਜ਼ 5-7000 ਵਾਲੇ ਕੁੱਤੇ ਲਈ ਮੈਨੂੰ ਫੋਨ ਨਾ ਕਰੋ ਕਾਰਨ ਕੀ ਆ 5-7000 ਚ ਲੈਬਰੇ ਬੱਚਾ ਨਹੀਂ ਆਉਂਦਾ ਹੂੰ ਉਹਦਾ ਕਿਉਂਕਿ ਉਹ ਦੇਖੋ 5-7000 ਦਾ ਵੀ ਤੁਹਾਨੂੰ ਉਹਨੇ ਮਤਲਬ ਦੇਸੀ ਵਰਗਾ ਦੇਣਾ ਕੁੱਤਾ ਤੇ ਉਹਦੇ ਨਾਲੋਂ ਤਾਂ ਫਿਰ ਚੰਗਾ ਏ ਆ ਨਾ ਬਾਈ ਜੀ ਆਪਾਂ ਛੜੀਆਂ ਤੋਂ ਚੱਕ ਕੇ ਦੇਸੀ ਰੱਖ ਲਈਏ ਕਿਉਂ 5000 ਗੱਲ ਲੈਣਾ ਕਮ ਸੇ ਕੰਮ 5000 ਦੀ ਨੂੰ ਫਿਰ ਆਪਾਂ ਖਰਾਕ ਤਾਂ ਪਾਵਾਂਗੇ ਨਾ ਦੂਸਰੀ ਗੱਲ ਇਹ ਆ ਜੀ ਜਦੋਂ ਬੱਚਾ ਜਦੋਂ ਵੀ ਤੁਸੀਂ ਬੱਚਾ ਲੈਣ ਜਾਓ ਕਮ ਸੇ ਕੰਮ ਇਹ ਆ ਹੁਣ ਇਹ ਬੱਚਾ ਦਾ ਇਹ 23 ਤਰੀਕ ਨੂੰ ਇਹਦੀ ਕੁੱਤੀ ਸੂਈ ਉਸ ਦਿਨ ਮੇਰੀ ਫੋਟੋ ਅਪਡੇਟ ਹੋਈ ਫਿਰ 10 ਦਿਨਾਂ ਬਾਅਦ ਜਦੋਂ ਅੱਖਾਂ ਖੁੱਲੀਆਂ 14ਵੇਂ ਦਿਨ ਫੇਰ ਇਹਦੀਆਂ ਫੋਟੋਆਂ ਅਪਡੇਟ ਹੋਈਆਂ ਉਸ ਤੋਂ ਬਾਅਦ ਸਟੋਰੀਆਂ ਲੱਗਦੀਆਂ ਰਹਿੰਦੀਆਂ ਲੋਕ ਜਿਹੜੇ ਇਸ ਲਾਈਨ ਦੇ ਵਿੱਚ ਜਿਹੜੇ ਲਾਈਨ ਦੇ ਵਿੱਚ ਨੇ ਉਹ ਤਾਂ ਚਲੋ ਬਰੀਡਿੰਗ ਲਈ ਆਉਂਦੇ ਨੇ ਪਰ ਜਿਹੜੇ ਵਧੀਆ ਲੋਕ ਨੇ ਜਿਨ੍ਹਾਂ ਨੂੰ ਇਹ ਲੱਗ ਰਿਹਾ ਵੀ ਅਸੀਂ ਮਤਲਬ ਅੱਗੇ ਬਰੀਡਿੰਗ ਵਧੀਆ ਬੱਚਾ ਰੱਖਣਾ ਉਹ ਬਹੁਤ ਕੁਝ ਦੇਖ ਕੇ ਲੈਂਦੇ ਨੇ ਜੀ ਇਹੋ ਜੀ ਗੱਲ ਨਹੀਂ ਹੈਗੀ ਕਿ ਹੁਣ ਜਿੰਨੇ ਵੀ ਲੋਕ ਸਾਰੇ ਲੋਕ ਤਾਂ ਨਹੀਂ ਕਰ ਇਹੋ ਜੇ ਹੁੰਦੇ ਪਰ ਜਿਨੇ ਚੰਗਾ ਬੱਚਾ ਲੈਣਾ ਤਾਂ ਉਹ ਚੰਗੇ ਬਰੀਡਰ ਤੋਂ ਲੈਂਦਾ ਬ੍ਰੋਕਰ ਤੋਂ ਨਹੀਂ ਲੈਂਦਾ ਜੀ ਉਹੀ ਪਹਿਚਾਨ ਕੇ ਮੈਂ ਕਰ ਦਮੈਂ ਇਹੀ ਪੁੱਛ ਰਿਆ ਸੀ ਆ ਕਾਦੀ ਜੀ ਵੀ ਬ੍ਰੋਕਰ ਦੀ ਬ੍ਰੋਕਰ ਦੀ ਤਾਂ ਇਹ ਆ ਨਾ ਬੰਦਾ ਕੋਈ ਆਗਾ ਤੁਹਾਡੇ ਕੋਲ ਹਾਂਜੀ ਬ੍ਰੋਕਰ ਕੋਲ ਫੀਮੇਲ ਹੀ ਨਹੀਂ ਹੈਗੀ ਮੇਲ ਨਹੀਂ ਹੈਗਾ ਹੂੰ ਜਿੰਨੇ ਵੀ ਲੋਕ ਮੇਰੇ ਤੋਂ ਬੱਚਾ ਲੈ ਰਹੇ ਪਹਿਲਾਂ ਮਾਂ ਦੇਖਦੇ ਆ ਫਿਰ ਉਹਦੀ ਉਹਦੀ ਉਹਦਾ ਫਾਦਰ ਦੇਖਦੇ ਆ ਹੂੰ ਤਾਂ ਹੀ ਬੱਚਾ ਲੈਂਦੇ ਆ ਅਦਰਵਾਈਜ਼ ਤਾਂ ਹੁਣ ਤਾਂ ਬਹੁਤ ਲੋਕ ਸਿਆਣੇ ਹੋ ਗਏ ਜੀ ਫੇਸਬੁੱਕ ਤੇ ਇੰਸਟਾਗ੍ਰਾਮ ਆਨਲਾਈਨ ਸਭ ਕੁਝ ਇੰਨਾ ਕੁਝ ਆ ਗੂਗਲ ਤੇ ਇੰਨਾ ਕੁਝ ਕਿਹੜੀ ਕਿਹੜੀ ਨਸਲ ਕਿਵੇਂ ਬੈਸਟ ਹੈ ਦੇਖੋ ਮੈਂ ਕਿਸੇ ਨਸਲ ਨੂੰ ਮਾੜਾ ਨਹੀਂ ਕਹਿੰਦਾ ਪਰ ਚੰਗੀ ਗੱਲ ਹੈ ਲੈਬਰੇ ਲੈਬਰੇ ਕਹੇ ਜੀ ਬਰੀਡ ਹੈ ਜਿਹੜੀ ਸਾਰੇ ਸਾਰੇ ਘਰਦਿਆਂ ਨਾਲ ਅਡਜਸਟ ਹੋ ਜਾਂਦੀ ਹੈ ਜਿੱਥੇ ਮਰਜੀ ਲੈ ਜਾਓ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆਉਂਦੀ ਹੈ ਡੌਗ ਦੇ ਵਿੱਚ ਕੀ ਹੈ ਡੌਗ ਦੇ ਵਿੱਚ ਇਹ ਪ੍ਰੋਬਲਮ ਆਉਂਦੀ ਹੈ ਵੀ ਇਹ ਰੋਟੀ ਛੱਡ ਦਿੰਦੇ ਆ ਪਰ ਲੈਬਰੇ ਕਹੇ ਜੀ ਬਰੀਡ ਹੈ ਜਿਹੜੀ ਕਦੇ ਰੋਟੀ ਨਹੀਂ ਛੱਡਦੀ ਜਦੋਂ ਕੋਈ ਕੋਈ ਪ੍ਰੋਬਲਮ ਹੈ ਬਿਮਾਰ ਘਟ ਹੁੰਦੇ ਆ ਜੀ ਫਰੈਂਡਲੀ ਜ਼ਿਆਦਾ ਹੈ ਜੀ ਹਰੇਕ ਹੁਣ ਕੱਲ ਨੂੰ ਪਤਾ ਕੀ ਹੈ ਜੀ ਮੰਨ ਲਓ ਤੁਸੀਂ ਇੱਕ ਕੋਈ ਹੋਰ ਬਰੀਡ ਰੱਖ ਲਈ ਹੂੰ ਕਿਸੇ ਬੰਦੇ ਦੀ ਪ੍ਰੋਬਲਮ ਆ ਗਈ ਬੱਚਾ ਦੇਣਾ ਪੈ ਗਿਆ 5-6 ਮਹੀਨਿਆਂ ਦਾ ਲੈਬਰੇ ਤਾਂ ਹਰੇਕ ਬੰਦਾ ਲੈ ਲੂਗਾ ਦੂਸਰਾ ਕੁੱਤਾ ਲੈਂਦਾ ਹੀ ਨਹੀਂ ਕੋਈ ਹੂੰ ਡੌਗ ਵੱਡਾ ਰੱਖ ਹੀ ਨਹੀਂ ਸਕਦਾ ਤੁਹਾਨੂੰ ਮੈਂ ਹੁਣ ਜਿਵੇਂ ਆਪਣੇ ਕੈਮਰੇ ਵਾਲੇ ਭਾਈ ਸਾਹਿਬ ਡਰ ਰਹੇ ਸੀ ਵੀ ਇੱਧਰ ਉੱਧਰ ਹੋ ਰਹੇ ਸੀ ਹੈ ਤੇ ਉਹ ਮੈਂ ਉਹਨੂੰ ਕਿਹਾ ਵੀ ਨਹੀਂ ਸ਼ਾਂਤ ਹੋ ਕੇ ਖੜ ਜਾ ਕੋਈ ਦਿੱਕਤ ਨਹੀਂ ਮੈਂ ਬੈਠਾ ਕਾਰਨ ਕੀ ਹੈ ਕਿਉਂਕਿ ਮੈਨੂੰ ਆਪ ਪਤਾ ਹੈ ਇਸ ਬਰੀਡ ਦਾ ਪਤਾ ਹੈਗਾ ਹੂੰ ਬਰੀਡ ਤੇ ਉੱਪਰ ਬਹੁਤ ਡਿਪੈਂਡ ਕਰਦਾ ਹੁਣ ਜੇ ਆਪਾਂ ਜੇ ਮੈਂ ਪੈਟਬੋਲ ਛੱਡੇ ਹੁੰਦੇ ਤੇ ਇਹ ਖੜ ਜਾਂਦੇ ਜਾਂ ਮੈਂ ਇਹ ਰੌਟਵੈਲਰ ਛੱਡੇ ਹੁੰਦੇ ਤੇ ਇਹ ਖੜ ਜਾਂਦੇ ਨਹੀਂ ਖੜ ਸਕਦੇ ਜਾਂ ਫਿਰ ਰੱਖਦੇ ਕਿਉਂ ਕੁੱਤੇ ਨੂੰ ਕੋਈ ਵੀ ਵੀਡੀਓ ਇਹੋ ਜਿਹੀ ਭਾਨ ਕੇ ਵੀਡੀਓ ਆਉਂਦੀ ਹੈ ਜੀ ਇਹਦਾ ਮਤਲਬ ਕੁੱਤੇ ਰੱਖਣੇ ਚਾਹੀਦੇ ਉਹ ਨਹੀਂ ਦੇਖੋ ਉਹਦਾ ਹੱਲ ਹਾਂ ਉਹਦਾ ਫਿਰ ਇਹ ਹੀ ਮਤਲਬ ਪਿੰਜਰੇ ਪਿੰਜਰੇ ਜਿਹਾ ਰੱਖਣਾ ਨੇ ਕੁੱਤੇ ਨੂੰ ਤਾਂ ਰੱਖਣ ਨੂੰ ਤਾਂ ਜੀ ਗੱਲ ਇਹ ਆ ਵੀ ਲੋਕਾਂ ਨੇ ਚੋਰੀ ਦੇ ਪਿਸਤੌਲ ਵੀ ਰੱਖੇ ਹੋਏ ਆ ਉੱਥੇ ਤਾਂ ਬਹੁਤ ਹੋਣੇ ਪਰ ਜਿਹਨੇ ਜਿਹਨੂੰ ਜਿਹਨੂੰ ਲੱਗਦਾ ਵੀ ਇਹ ਬਰੀਡ ਮੇਰੇ ਲਈ ਮਤਲਬ ਸਹੀ ਆ ਤਾਂ ਫਿਰ ਹੋਆ ਪਰ ਪਤਾ ਕੀ ਆ ਬਰੀਡ ਦਾ ਇਹ ਵੀ ਸਿਸਟਮ ਆ ਮੰਨ ਲਓ ਤੁਸੀਂ ਪਿੱਟਬਲ ਨੂੰ ਅੱਜ ਤੁਸੀਂ ਬਹੁਤ ਮਾੜਾ ਲੋਕ ਮਤਲਬ ਸਮਝਦੇ ਨੇ ਪਰ ਜਦੋਂ ਤੁਸੀਂ ਉਹਨੂੰ ਘਰੇ ਪਾਲੋਗੇ ਨਾ ਬੱਚਾ ਸ਼ੁਰੂ ਤੋਂ ਪਾਲੋਗੇ ਉਹ ਨਹੀਂ ਬਿਹੇਵੀਅਰ ਇਹੋ ਜਿਹਾ ਬਿਹੇਵੀਅਰ ਨਹੀਂ ਕਰਦਾ ਹੁਣ ਕੁੱਤਾ ਲੈ ਲਿਆ ਜੀ ਬੱਚਾ ਲੈ ਲਿਆ ਬੱਚਾ ਲੈ ਕੇ ਆਪਾਂ ਉਹਨੂੰ ਸਾਰੀ ਘਰਦਿਆਂ ਤੋਂ ਤੇ ਸਾਰੇ ਆਉਣ ਜਾਣ ਵਾਲਿਆਂ ਤੋਂ ਸਾਈਡ ਤੇ ਬੰਨੀ ਰੱਖੇ ਤੇ ਉਹ ਗਰੇਸਿਵ ਤਾਂ ਹੋਊਗਾ ਤੁਹਾਨੂੰ ਕੋਈ ਚਾਰ ਬਈ ਚਾਰ ਮੰਨ ਲਓ ਆ ਕਮਰੇ ਚ ਕੋਈ ਤੁਹਾਨੂੰ ਬੰਦ ਕਰ ਦੇ ਤੁਸੀਂ ਵੀ ਇਟ ਤਾਂ ਮਹਿਸੂਸ ਕਰੋਗੇ ਨਾ ਸਾਡੇ ਕਿਉਂ ਨਹੀਂ ਬੜਾ ਕਿਉਂਕਿ ਖੁੱਲੇ ਰਹਿੰਦੇ ਜੀ ਸਾਰਾ ਦਿਨ ਦਿਨ ਰਾਤ ਉਹਨਾਂ ਨੇ ਖੁੱਲੇ ਰਹਿਣਾ ਇੱਕ ਟਾਈਮ ਪੀਰੀਡ ਬਣਾਇਆ ਹੋਇਆ ਸੀ ਵੀ ਜੇ ਥੋੜੀ ਜਿਹੀ ਗਰਮੀ ਹੋ ਗਈ ਤਾਂ ਇਹਨਾਂ ਨੂੰ ਬੰਦ ਕਰ ਦੋ ਉੱਥੇ ਏਸੀ ਲੱਗਿਆ ਪ੍ਰੋਪਰ ਹੋ ਲੱਗਿਆ ਜੇ ਠੰਡ ਹੋ ਗਈ ਤਾਂ ਉਹਨੇ ਬੰਦ ਕਰ ਦੋ ਅਦਰਵਾਈਜ਼ ਤਾਂ ਸਾਰਾ ਤੁਸੀਂ ਦੇਖ ਕੇ ਆਏ ਹੋ ਸਾਰਾ ਦਿਨ ਖੁੱਲਿਆ ਆਪਣੀ ਮਰਜ਼ੀ ਅਨੁਸਾਰ ਉਹ ਅੰਦਰ ਜਾਂਦੇ ਆ ਜਿਹਦਾ ਜੀ ਕਰਦਾ ਅੰਦਰ ਜਾ ਕੇ ਸੌਂਜੇ ਜਿਹਦਾ ਜੀ ਕਰੇ ਉਹ ਬਾਹਰ ਬੈਠੇ ਜਿਹਦਾ ਜੀ ਕਰਦਾ ਫਰਸ਼ ਤੇ ਬੈਠੇ ਜਿਹਦਾ ਜੀ ਕਰਦਾ ਧੁੱਪੇ ਜਾ ਕੇ ਬੈਠੇ ਇਸ ਕਰਕੇ ਥੋੜਾ ਜਿਹਾ ਫਰਕ ਤਾਂ ਪੈਂਦਾ ਖੁੱਲੇ ਰੱਖਣ ਨਾਲ ਬਹੁਤ ਫਰਕ ਪੈਂਦਾ ਜੇ ਤੁਸੀਂ ਘਰ ਵਿੱਚ ਵੀ ਤੁਸੀਂ ਡੌਗ ਰੱਖਦੇ ਹੋ ਤੁਸੀਂ ਸੈਟਅ ਹੂੰ ਸੰਗਲ ਨਾਲ ਬੰਨਣ ਵਾਲੇ ਕੁੱਤੇ ਹਮੇਸ਼ਾ ਹੀ ਖਤਰਨਾਕ ਹੋ ਜਾਂਦੇ ਨੇ ਮਨਪ੍ਰੀਤ ਜਿਹੜੇ ਬੰਦੇ ਕੋਲੇ ਚਾਰ ਛੱਲੜ ਹੈਗੇ ਨੇ 20 25 25 ਲਾ ਕੇ ਫੌਰਨ ਜਾ ਰਹੇ ਨੇ ਜੀ ਤੈਨੂੰ ਲੱਗਾ ਕਦੇ ਕੁੱਤਾ ਦੇ ਕੁੱਤੇ ਹੋਈ ਜਾਂਦਾ ਪਹਿਲਾਂ ਲੋਕ ਕਹਿੰਦੇ ਹੁੰਦੇ ਸਾਡੇ ਜਦੋਂ ਵੱਡੇ-ਵਡੇਰੇ ਸੀ ਸਾਡੇ گاਵਾ ਮੱਝਾ ਰੱਖਦੇ ਹੁੰਦੇ ਅਗਲਾ ਕਹਿੰਦਾ ਬਾਈ ਤਾਂ ਬਰ ਕਰੂ ਇਹ ਜੇ ਡੰਗਰਾਂ ਦੇ ਡੰਗਰ ਹੋਵਾਂਗੇ ਖੇਤ ਗਿਆ ਕਿਸਾਨ ਭਾਈ ਮਜ਼ਦੂਰ ਭਾਈ ਜਦੋਂ ਕਹਿੰਦੇ ਆ ਬਾਈ ਸਾਹਿਬ ਖੇਤੀ ਤਾਂ ਬਰ ਕਰਦੀ ਐ ਜੇ ਮਿੱਟੀ ਚ ਮਿੱਟੀ ਹੁੰਦਾ ਬੰਦਾ ਜੀ ਤੈਨੂੰ ਕਦੇ ਲੱਗਦਾ ਨਹੀਂ ਐ ਨਹੀਂ ਹੁਣ ਨਹੀਂ ਲੱਗਦਾ ਜੀ ਪਹਿਲਾਂ ਲੱਗਦਾ ਸੀ ਪਹਿਲਾਂ ਲੱਗਦਾ ਸੀ ਸ਼ੁਰੂ ਚ ਜਦੋਂ ਮਤਲਬ ਕਾਮਯਾਬ ਨਹੀਂ ਨਾ ਹੁੰਦਾ ਉਦੋਂ ਇਹ ਲੱਗਦਾ ਹੁੰਦਾ ਸੀ ਕਿਉਂਕਿ ਮੈਂ ਨਾ ਸਭ ਤੋਂ ਸ਼ੁਰੂ ਦੇਖੋ ਮੈਂ ਆਪਦੇ ਦੋਹਣੇ ਦਾ ਜਦੋਂ ਅਸੀਂ ਇਹ 2005 ਚ ਸ਼ੁਰੂ ਕੀਤਾ ਨਾ ਆਪਣਾ ਡਿਸਟ੍ਰਿਕਟ ਦੇ ਵਿੱਚ ਤਾਂ ਜਦੋਂ ਅਸੀਂ ਇੱਥੇ ਸ਼ਾਪ ਬਣਾਈ ਤਾਂ ਲੋਕ ਬੜੀ ਦੂਰ ਦੂਰ ਤੋਂ ਬੜੇ ਦੁਨੀਆ ਮਤਲਬ ਇਦਾਂ ਸਾਨੂੰ ਕਹਿੰਦੇ ਯਾਰ ਆ ਕੀ ਇਹ ਅਚੰਭਾ ਜਿਹਾ ਨਹੀਂ ਹੋ ਗਿਆ ਵੀ ਯਾਰ ਕੁੱਤਿਆਂ ਦੀ ਦੁਕਾਨ ਖੁੱਲ ਗਈ ਯਾਰੀ ਕੁੱਤੇਆਂ ਦਾ ਕੀ ਕੰਮ ਆ ਰਿਸ਼ਤੇਦਾਰ ਹੋਰ ਸਭ ਕਹਿੰਦੇ ਸੀ ਪਹਿਲਾਂ ਤਾਂ ਪਰ ਪਤਾ ਕੀ ਹੈ ਕਿਸੇ ਨੂੰ ਸਿੱਧ ਕਰ ਦੇਣਾ ਕਿਸੇ ਬਿਜ਼ਨਸ ਪਰ ਮੈਂ ਇਹਨਾਂ ਦਾ ਖਹਿੜਾ ਨਹੀਂ ਛੱਡਿਆ ਕਿਸੇ ਚੀਜ਼ ਨੂੰ ਤੁਸੀਂ ਇੰਨਾ ਤੁਸੀਂ ਆਪਾਂ ਇਹਦੀ ਮੰਗਰ ਪੈ ਗਈ ਸਕਸੈਸ ਆ ਗਈ ਠੀਕ ਹੈ ਨਾ ਪਰ ਆਪਾਂ ਉਹਨਾਂ ਨੂੰ ਜਵਾਬ ਦਿੱਤਾ ਅੱਜ ਆਪਦੇ ਪੇਸ਼ੇ ਸਕਸੈਸ ਹੋ ਕੇ ਆਪਾਂ ਕਿਸੇ ਦੇ ਮਖੌਲਾਂ ਦਾ ਟੀਚਰਾਂ ਦਾ ਠੀਕ ਹੈ ਇਹਨਾਂ ਡੌਗ ਨੇ ਜਵਾਬ ਦਿੱਤਾ ਮੇਰਾ ਸਾਥ ਦਿੱਤਾ ਇਸ ਕਰਕੇ ਤੇ ਇਦਾਂ ਤਾਂ ਫਿਰ ਕਿਸੇ ਨਾਲ ਪੂਰਾ ਆਈ ਨਹੀਂ ਜਾ ਸਕਦਾ ਤੇ ਮੈਂ ਤੁਹਾਡੀ ਇੰਟਰਵਿਊ ਪਹਿਲਾਂ ਜਿਹੜੀ ਹੋਈ ਸੀ ਮੁਲਾਕਾਤ ਕੀਤੀ ਸੀ ਪਹਿਲਾਂ ਜੀ ਚਲੋ ਅੱਜ ਤਾਂ ਬਹੁਤ ਸਾਰੀ ਨਵੇਂ ਗੱਲਾਂ ਹੋਈਆਂ ਜੀ ਤੋਂ ਇੰਟਰਵਿਊ ਸੁਣ ਕੇ ਤੁਹਾਡੇ ਕੁੱਤਾਂ ਲਈ ਕਹਿੰਦੇ ਮੈਨੂੰ ਇੱਕ ਦੋ ਕਹਿੰਦੇ ਗੱਪ ਨੇ ਚਲੋ ਜੀ ਪਤਾ ਕੀ ਗੱਲ ਆ ਕਿਸ ਗੱਲ 'ਚ ਗੱਪ ਨੇ ਉਹ ਮੇਰੇ ਨਾਲ ਡਿਬੇਟ ਕਰ ਸਕਦੇ ਆ ਹੂੰ ਠੀਕ ਆ ਕੁਝ ਲੋਕਾਂ ਨੇ ਕਮੈਂਟ ਕੀਤਾ ਵੀ ਦੋਸਤ ਮੈਂ 2 ਲੱਖ ਰੁਪਏ ਨਹੀਂ ਕੁੱਤੀ ਬਣਾ ਕੇ ਦਿੰਦੀ ਹੂੰ ਤੁਸੀਂ ਕੇਸੀਆਈ ਫੀਮੇਲ ਲਓ ਕਿ 10000 ਦੀ ਕੁੱਤੀ 2 ਲੱਖ ਦਾ ਬੱਚੇ ਨਹੀਂ ਪੈਦਾ ਕਰਦੀ। ਤੇ ਕਿਹਾ 2 10000 ਦੀ ਕੁੱਤੀ ਹੂੰ 2 ਲੱਖ ਦੇ ਬੱਚੇ ਨਹੀਂ ਪੈਦਾ ਕਰਦੀ। ਹੂੰ 50000 ਦੀ ਫੀਮੇਲ ਲਓ ਉਹਨੂੰ ਚੰਗੇ ਡੌਗ ਤੋਂ ਮੀਟਿੰਗ ਕਰਾਓ। ਮੈਂ ਨਹੀਂ ਕਹੂੰਗਾ ਤੁਹਾਡੇ ਤੁਸੀਂ ਅੱਜ ਲੈ ਤੁਹਾਡੇ ਕਮੈਂਟ ਆਉਣਗੇ। ਇਸ ਬੱਚੇ ਦਾ ਰੇਟ ਮੈਂ ਨਹੀਂ ਦੱਸੂੰਗਾ ਤੁਹਾਡੇ ਚੈਨਲ ਵਾਲੇ ਤੁਹਾਡੇ ਜਿਹੜੇ ਜਿਹੜੇ ਤੁਹਾਨੂੰ ਚਾਹਣ ਵਾਲੇ ਨੇ ਉਹ ਦੱਸਣਗੇ। ਹੂੰ ਠੀਕ ਹੈ ਨਾ ਦੇਖੋ ਕਾਨੂੰ ਤਾਂ ਜੀ ਫਿਰ ਹੁਣ ਹਰ ਚੀਜ਼ ਦੀ ਕੰਟਰੋਵਰਸੀ ਆ ਦੇਖੋ ਬਹੁਤ ਕੁਝ ਕਹਿ ਦਿੰਦੇ ਨੇ ਕਾਨੂੰ ਤਾਂ ਪਰ ਮੈਂ ਮੈਂ ਜੋ ਚੈਨਲ ਤੇ ਬੋਲਣਾ ਜਾਂ ਮਤਲਬ ਇਹਦੇ ਬਾਰੇ ਗੱਪ ਬੋਲਣ ਦਾ ਕੋਈ ਫਾਇਦਾ ਨਹੀਂ ਹੈਗਾ ਜੀ ਨਾ ਹੀ ਕੋਈ ਬੋਲ ਸਕਦਾ ਉਹਦਾ ਕਾਰਨ ਕੀ ਆ ਕਿਉਂਕਿ ਮੈਂ ਜਵਾਬ ਦੇ ਆ ਜੀ ਜੇ 2 ਲੱਖ ਰੁਪਏ ਮੈਂ ਹਰ ਫੀਮੇਲ ਮੈਰੀਜ਼ ਹੁੰਦੀ ਆ ਆ ਕੇ ਅਗਲਾ ਆ ਜੇ ਤੇ ਤੁਸੀਂ ਐਂ ਦੇਖ ਲਓ ਵੀ ਮੈਂ ਨਾ ਪੈਸੇ ਬਣਾ ਕੇ ਦਿੱਤੇ ਤਾਂ ਫਿਰ ਮੈਨੂੰ ਇਹਨੂੰ ਖੜੇ ਨਾ ਤੇ ਇਹ ਜੇ ਵਰਤਾਰਾ ਹੋਇਆ ਵੀ ਆਪਣੇ ਹੱਥੀ ਪਾਲਿਆ ਬੱਚਾ ਜੇ ਕੋਈ ਡੈਥ ਹੋ ਜਾਂਦੀ ਹੈ ਜਾਂ ਆਪਣੇ ਹੱਥੇ ਆਪਣਾ ਆਪਣਾ ਬਜ਼ੁਰਗ ਹੋਣ ਕਈ ਵਾਰੀ ਜਦੋਂ ਬਜ਼ੁਰਗ ਹੋ ਜਾਂਦਾ ਬੰਦਾ ਜੇ ਰੱਬ ਨਾ ਕਰੇ ਕਿਸੇ ਨੂੰ ਬਿਮਾਰੀ ਪੈ ਜਾਂਦੀ ਹੈ ਬੰਦਾ ਦੇਖ-ਦੇਖ ਹੀ ਰੋਈ ਜਾਂਦਾ ਉਹੇ ਸਾਹਮਣੇ ਨਹੀਂ ਰੋਂਦੇ ਬੰਦਾ ਕਮਰੇ ਚ ਬੈਠ ਕੇ ਰੋਂਦਾ ਵੀ ਯਾਰ ਇਸ ਨੂੰ ਬਚਾਈਏ ਕਿਵੇਂ ਦੇਖੋ ਜੀ ਇਹ ਭਾਵਕ ਉਹਨੂੰ ਚੀਜ਼ਾਂ ਦੇਖ ਕੇ ਵੀ ਯਾਰ ਭਾਵਕ ਹੁੰਨੇ ਆ ਕੋਈ ਬੰਦਾ ਭਾਵ ਜੁੜਦਾ ਤਾਂ ਹੈਗੀ ਆ ਜਦੋਂ ਜੁੜਦਾ ਹਾਂ ਬਿਲਕੁਲ ਭਾਵਕ ਹੁੰਨੇ ਆ ਪਰ ਦੇਖੋ ਪਤਾ ਕੀ ਗੱਲ ਆ ਕਿਤੇ ਨਾ ਕਿਤੇ ਤਾਂ ਫਿਰ ਸੋਚਣਾ ਪੈਂਦਾ ਨਾ ਵੀ ਵੀ ਨਹੀਂ ਜਦੋਂ ਜੇ ਹੁਣ ਮੰਨ ਲਓ ਇਨ ਕਿਸੇ ਕਿਸੇ ਚੀਜ਼ ਚ ਪ੍ਰੋਬਲਮ ਮੰਨ ਲਓ ਇਸ ਬੱਚੇ ਨੂੰ ਪ੍ਰੋਬਲਮ ਆ ਗਈ ਹੂੰ ਠੀਕ ਆ ਸਿਆਣੇ ਕਹਿੰਦੇ ਆ ਵੀ ਮਰੇ ਹੋਏ ਤਾਂ ਵਾਪਸ ਆ ਜਾਂਦੇ ਆ ਤੇ ਵੇਚੇ ਹੋਏ ਕਦੇ ਨਹੀਂ ਆਉਂਦੇ ਹੂੰ ਡੌਗ ਦੇ ਵਿੱਚ ਇੱਕੋ ਹੀ ਗੱਲ ਆ ਤੁਸੀਂ ਕਿਸੇ ਨੂੰ ਕੋਈ ਡੌਗ ਵੇਚਤਾ ਨਾ ਉਹ ਤੁਹਾਨੂੰ ਵਾਪਸ ਨਹੀਂ ਮਿਲਦਾ ਤੇ ਜੇ ਤੁਹਾਡਾ ਮਰ ਗਿਆ ਨਾ ਉਹ ਕਿਤੇ ਨਾ ਕਿਤੇ ਜਾ ਕੇ ਉਹਦੀ ਮਾਂ ਦੁਆਰੇ ਪਾਇਦਾ ਕਰ ਦੂਗੀ ਪਰ ਵੇਚਿਆ ਹੋਇਆ ਵਾਪਸ ਨਹੀਂ ਆਉਂਦਾ ਕਾਰਨ ਕਾਰਲ ਇਹ ਆ ਜੀ ਮਨ ਨੂੰ ਇਹ ਬੱਚਾ ਗਿਆ ਇਹ ਬੱਚਾ ਹੁਣ ਇਹਦਾ ਨਾਮ ਮੈਂ ਰੱਖਿਆ ਦਿਲਬਾਗ ਹੂੰ ਇਹ ਬੱਚਾ ਮੈਂ ਬੜਾ ਆਉਦੇ ਦਿਲ ਦੇ ਨੇੜੇ ਮਤਲਬ ਕਲਰ ਹੋਣ ਕਰਕੇ ਜਾਂ ਮਤਲਬ ਇਹਨੇ ਮੈਂ ਰੱਖ ਲਿਆ ਰੱਖ ਲਿਆ ਇਹਨੂੰ ਪਿਆਰ ਕਰ ਲਿਆ ਪਾਲ ਲਿਆ ਹੁਣ ਇਹਨੂੰ ਮੈਂ ਵੇਚ ਦੂੰਗਾ ਦੁਬਾਰੇ ਤਾਂ ਨਹੀਂ ਮਤਲਬ ਮੈਂ ਉਸ ਬੰਦੇ ਤੋਂ ਲੈਤਾ ਨਹੀਂ ਸਕਦਾ ਕਿਉਂਕਿ ਮੈਂ ਤਾਂ ਆਪਦੀ ਆਪਦੇ ਪੈਸੇ ਲੈ ਲੈ ਜੀ ਲੈ ਲਿਆ ਫਿਰ ਤਾਂ ਉਸ ਅਗਲੇ ਦਾ ਬੰਦ ਕੁੱਤਾ ਨਾ ਜਿੱਦੇ ਜਿੰਨੇ ਦਾ ਮਰਜੀ ਡੌਗ ਦੇਵੇ ਨਾ ਦੇਵੇ ਉਹ ਅਗਲੇ ਦੀ ਮਰਜੀ ਆ ਹੂੰ ਜੇਕਰ ਇਹਨੂੰ ਇਨ ਕਿਸ ਕੋਈ ਪ੍ਰੋਬਲਮ ਆਉਂਦੀ ਆ ਮੈਂ ਉਹੀ ਇਹਦੀ ਮਦਰ ਤੇ ਉਹੀ ਮੇਲ ਦੁਆਰਾ ਚਲਾ ਕੇ ਮੈਂ ਬੱਚਾ ਪਤਾ ਕਰ ਸਕਦਾ ਪਰ ਮਰੇ ਹੋਏ ਤਾਂ ਵਾਪਸ ਆ ਜਾਂਦੇ ਆ ਸਿਆ ਮੈਂ ਦੁਬਾਰਾ ਕਹਿ ਰਿਹਾ ਵੀ ਬੇਚੇ ਹੋਏ ਕਦੇ ਵਾਪਸ ਨਹੀਂ ਆਉਂਦੇ ਆਮ ਤੌਰ ਤੇ ਕਿਸੇ ਮਾਂ ਦੀ ਕੁੱਖੋਂ ਜਨਮ ਹੋਏ ਦੋ ਭਾਈ ਤਿੰਨ ਭਾਈ ਜੀ ਮਨੁੱਖਤਾ ਦੇ ਵਿੱਚ ਹੀ ਪਾਇਆ ਜਾਂਦਾ ਹੈ ਕਿ ਜਦੋਂ ਥੋੜੇ ਵੱਡੇ ਹੋ ਜਾਂਦੇ ਨੇ ਜੀ ਉਹਦੀ ਬਰਤਾਰੇ ਕਦੇ ਇਸ ਤਰ੍ਹਾਂ ਦੇ ਤੁਸੀਂ ਕਹਿੰਨ ਵੀ ਰਿਸ਼ਤੇ ਨਾਲ ਤੇ ਗੰਡੇ ਹੋਏ ਨੇ ਜੀ ਭੈਣ ਭਾਈ ਕਿੰਨਾ ਫਰਕ ਲੱਗਦਾ ਉਹਨਾਂ 'ਚ ਫਰਕ ਨਾ ਡੌਗ ਦੇ ਵਿੱਚ ਕੀ ਆ ਮੈਂ ਦੇਖਿਆਗਾ ਜਦੋਂ ਫਰਕ ਸਾਰੀ ਇੱਕ ਮੰਨ ਲਓ ਇਸ ਇਸ ਇਹਦੇ ਭੈਣ ਭਾਈ ਵੀ ਇਹਦੇ ਵਰਗੇ ਨਹੀਂ ਹੋਣੇ ਸੇਮ ਹੀ ਪ੍ਰੋਸੈਸ ਆ ਹੂੰ ਮੰਨ ਲਓ ਮੇਰੇ ਤਾਂ ਭੈਣ ਭਰਾ ਹਾਂ ਸਮਨ ਲਓ ਇਹ ਆਉਂਦੀ ਕਹਿੰਦੇ ਹੁੰਦੇ ਕਿ ਬੀਚ ਕੁੱਤੇ ਹੁਣ ਕੁੱਤਿਆਂ ਦਾ ਕਈ ਕਈ ਜਾਂਦੇ ਆ ਹਨਾ ਹਾਂਜੀ ਹੁਣ ਜੇ ਕਿਸੇ ਔਰਤ ਕੋਲ ਦੋ ਜੁੜਵਾ ਬੱਚੇ ਹੋ ਜਾਣ ਕਿ ਇੱਕੋ ਜਿਹੇ ਜੇ ਉਹਨੂੰ ਬੁਖਾਰ ਚੜਦਾ ਉਹਨੂੰ ਬੁਖਾਰ ਚੜਦੂ ਨਹੀਂ ਐਵੇਂ ਕੁਝ ਨਹੀਂ ਹੁੰਦਾ ਇਹਦੇ ਇਹ ਇਸ ਨਾਲ 6 ਬੱਚੇ ਹੋਏ ਆ ਹੂੰ ਸ਼ਾਇਦ ਜਿੰਨੇ ਮਤਲਬ ਉਹ ਜਹਜੇ ਨਿਕਲਗੇ ਇਹ ਨਹੀਂ ਨਿਕਲਣਾ ਹੂੰ ਇੱਕੋ ਜਿਹੀ ਨਹੀਂ ਬਣਦੇ ਜੀ ਕਦੇ ਵੀ ਕੁਝ ਨਹੀਂ ਬਣਦੇ ਠੀਕ ਹੈ ਨਾ ਇੱਕ ਸਾਡੇ ਕੋਲ ਫੀਮੇਲ ਆ ਹਾਂ ਉਹਦਾ ਜ਼ਰੂਰ ਆ ਉਹਨੇ ਉਹ ਜਿੰਨੀਆਂ ਆਪਦੀਆਂ ਮਤਲਬ ਬੱਚੀਆਂ ਦੇ ਰਹੀ ਆ ਡਿੱਟੋ ਹੀ ਕਾਪੀ ਡਿੱਟੋ ਹੀ ਕਾਪੀ ਹੂੰ ਛੇੜੇ ਮਾਜੀ ਮੇਲ ਚਲਾ ਲਈ ਅਸੀਂ ਉਹਨੇ ਡਿੱਟੋ ਹੀ ਕਾਪੀ ਆਪਦੀ ਦੇਣੀ ਆ ਪਰ ਇੱਕੋ ਜਿਹੇ ਬੱਚੇ ਸਾਰੇ ਲੇਟਰ ਚ ਨਹੀਂ ਆਉਂਦੇ ਹੂੰ ਚੰਗੇ ਜ਼ਰੂਰੀ ਨਹੀਂ ਹੈਗਾ ਵੀ ਸਾਰੇ ਬੱਚੇ ਇੱਕੋ ਜਿਹੇ ਚੰਗੇ ਬਣਨ ਹੂੰ ਇਹ ਵੀ ਨਹੀਂ ਜ਼ਰੂਰੀ ਹੈਗਾ ਵੀ ਸਾਰੇ ਹੀ ਬਹੁਤ ਜ਼ਿਆਦਾ ਕੁਆਲਿਟੀ ਚ ਹੋਣ ਏ ਨਹੀਂ ਪਤਾ ਸਭ ਤੋਂ ਜਿਹੜਾ ਮਤਲਬ ਛੋੜੂ ਜੇ ਮਾੜਾ ਬੱਚਾ ਉਹ ਸਭ ਤੋਂ ਟੌਪ ਦਾ ਬਣ ਜੇ ਜਦੋਂ ਮੱਝ ਗਾਂਸ ਹੁੰਦੀ ਹੈ ਜੀ ਤਾਂ ਲੋਕ ਉਮੀਦ ਕਰਦੇ ਨੇ ਕਿ ਬੱਚੀ ਜਾਂ ਕੱਟੀ ਆਵੇ ਜੀ ਜਦੋਂ ਸਭ ਤੋਂ ਪਹਿੜਾ ਮਰਦ ਪ੍ਰਧਾਨ ਸਮਾਜ ਸਾਡਾ ਜੋ ਸਾਡੇ ਘਰ ਧੀ ਜਨਮ ਲੈਂਦੀ ਹੈ ਬੇਸ਼ੱਕ ਅਜ ਪੜੇ ਲਿਖੇ ਬਹੁਤ ਚੰਗੀ ਮਾਨਸਿਕਤਾ ਵਾਲੇ ਲੋਕਾਂ ਨੇ ਧੀਆ ਨੂੰ ਬਹੁਤ ਵੱਡੇ ਪਤਲੇ ਸਵੀਕਾਰ ਕੀਤਾ ਜੀ ਪਰ ਲੋਕਾਂ ਨੇ ਅਲਟਰਾਸਾਉਂਡ ਨੂੰ ਬਹੁਤ ਵੱਡੇ ਪੱਧਰ ਤੇ ਗਲਤ ਹੀ ਵਰਤਿਆ ਜੀ ਤੀ ਪਤਾ ਲੱਗੀ ਅਵਰਸ਼ਨ ਕਰਾਓ ਜੀ ਪਰ ਉਹਨਾਂ ਹੱਥਾਂ ਤੇ ਵੱਡੇ ਵੱਡੇ ਪੋਸਟਰ ਲਾ ਕੇ ਹਨਾ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜੀ ਕੁੱਤੇ ਕੁੱਤੀ ਦੇ ਵਿੱਚ ਤੁਸੀਂ ਮੀਟਿੰਗ ਕਰਾਉਣੀ ਜੀ ਕੀ ਆਸ ਰੱਖ ਕੇ ਕਰਦੇ ਹੋ ਵੀ ਯਾਰ ਕੁੱਤੇ ਹੋਣ ਕੁੱਤੀ ਹੋਵੇ ਇੱਕ ਰੀਤ ਤਾਂ ਹੁੰਦੀ ਹੈ ਬੰਦੇ ਦੀ ਜਿਹੜਾ ਅੱਛਾ ਡੌਗ ਬਰੀਡਰ ਹੈ ਨਾ ਉਹ ਕਦੇ ਨਹੀਂ ਚਾਹੁੰਦਾ ਕੀ ਵੀ ਕੁੱਤੇ ਹੋਣ ਜਾਂ ਕੁੱਤੀਆਂ ਹੋਣ ਉਹਦੇ ਲਈ ਸਭ ਕੁਝ ਓਕੇ ਆ ਠੀਕ ਆ ਸਭ ਕੁਝ ਸਹੀ ਆ ਮੇਰੇ ਕੋਲ ਸ਼ਾਇਦ ਫੀਮੇਲਾਂ ਦੀ ਵੱਧ ਡਿਮਾਂਡ ਆ ਮੇਲਾਂ ਦੀ ਘੱਟ ਡਿਮਾਂਡ ਆ ਕਾਰਨ ਕੀ ਆ ਵੀ ਅਸਲ 'ਚ ਕੀ ਆ ਨਾ ਵੀ ਜਦੋਂ ਫੀਮੇਲਾਂ ਹੋ ਜਾਂਦੀਆਂ ਨੇਗੀਆਂ ਮੰਨ ਲਓ ਇੱਕ ਮੇਲ ਹੋ ਗਿਆ 6 ਫੀਮੇਲਾਂ ਹੋ ਗਈਆਂ ਉਹ ਜਿਹੜਾ ਜਿਹਨੂੰ ਤਾਂ ਲਾਲਚ ਆ ਜੀ ਉਹ ਤਾਂ ਚੰਬਾ ਹੋ ਜਾਂਦਾ ਵੀ ਯਾਰ ਆਪਾਂ ਇਹਨੂੰ ਕਿਤੇ ਸਾਡੀ ਤਾਂ ਇਹ ਛੋਟੀ ਤਾਂ ਤੁਸੀਂ ਇਹਨਾਂ ਲੋ 10-15000 ਦੀ ਹੋਊਗੀ ਜਦੋਂ ਵੱਡੀ ਹੋ ਜਾਂਦੀ ਸਾਡੀ ਤਾਂ ਲੱਖ ਦੀ ਆ ਜੀ ਅਸੀਂ ਫੀਮੇਲ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੇ ਆ ਫੀਮੇਲ ਰੱਖਣੀ ਸਾਡੇ ਲਈ ਜ਼ਿਆਦਾ ਕਿਉਂਕਿ ਸਾਡੀ ਤਾਂ ਕਮਾਈ ਇਹ ਤਾਂ ਇੱਕ ਬੱਚਾ ਪੈਦਾ ਕਰ ਦੂਗਾ ਜੀ ਮੀਟਿੰਗ ਤੇ ਫੀਸ ਦੇ ਦੂਗਾ ਇੱਕ ਬੱਚਾ ਪੈਦਾ ਕਰ ਦੂ ਪਰ ਫੀਮੇਲ ਨੇ ਤਾਂ ਇੱਕ ਸਾਲ ਚ ਦੋ ਵਾਰ ਬੱਚੇ ਦੇਣੇ ਹਨ ਜੀ ਹੂੰ ਉਹਨੇ ਤਾਂ ਪ੍ਰੋਸੈਸ ਵਾਈ ਚੱਲਣੀ ਆ ਪਰ ਸਾਨੂੰ ਕੋਈ ਮੈਨੂੰ ਮਤਲਬ ਮੈਂ ਕਿਸੇ ਤਾਂ ਕੋਈ ਕਹਿੰਦਾ ਨਹੀਂ ਪਰ ਮੈਨੂੰ ਨਹੀਂ ਕਦੇ ਮਹਿਸੂਸ ਹੋਇਆ ਵੀ ਮੇਰੇ ਫੀਮੇਲ ਜਿਵੇਂ ਫੀਮੇਲਾ ਵੱਧ ਹੋ ਗਈਆਂ ਜਾਂ ਮੇਲ ਵੱਧ ਹੋ ਗਏ ਇਹਦੇ ਨਾਲ ਕੋਈ ਬਹੁਤਾ ਤੁਸੀਂ ਵੀ ਜਾਣਦੇ ਹੋਵੋਗੇ ਮੀਟਿੰਗਾਂ ਦੇ ਜਿਹੜੇ ਕੁੱਤੇ ਦਾ ਕਿਹੜੀ ਕੁੱਤੀ ਜਾਂ ਕਿਹੜੇ ਨਸਲ ਦਾ ਕਿਹੜੀ ਨਸਲ ਨਾਲ ਮੀਟ ਕਰਾਉਣ ਦੇ ਕਿੰਨੇ ਖਰਚੇ ਹੋ ਜਾਂਦੇ ਨੇ ਜਾਂ ਕੀ ਕੀ ਫੀਸਾਂ ਰੱਖਦੇ ਨੇ ਲੋਕ ਜਾਂ ਤੁਸੀਂ ਕੀ ਰੱਖਦੇ ਹੋਗੇ ਸਰ ਇਹ ਆ ਜੀ ਦੇਖੋ ਜਿਹੜੇ ਕੁੱਤੇ ਦੀ ਜਿਹਦਾ ਰਿਜ਼ਲਟ ਆ ਰਿਹਾ ਜਿਹਦਾ ਡੌਗ ਦਾ ਰਿਜ਼ਲਟ ਆ ਰਿਹਾ ਹੈਗਾ ਰਿਜ਼ਲਟ ਦੇ ਅਕੋਰਡਿੰਗ ਹੀ ਫੀਸ ਰੱਖੀ ਜਾਂਦੀ ਆ ਹੁਣ ਇਹਦਾ ਫਾਦਰ ਇਟਲੀ ਇੰਪੋਰਟ ਸੁਲਤਾਨ ਦਾ ਬੱਚਾ ਹੂੰ ਇਹਦੇ ਫਾਦਰ ਦੀ ਇੱਕੋ ਹੀ ਖਾਸੀਅਤ ਆ ਵੀ ਇਹ ਚਾਕਲੇਟ ਬੱਚੇ ਪੈਦਾ ਕਰਦਾ ਏ ਕਲੀਅਰ ਹੈ ਕਲੀਅਰ ਹੈ ਚਾਕਲੇਟ ਬੱਚੇ ਪੈਦਾ ਕਰਦਾ ਉਹ ਇਸ ਇਸ ਦੇ ਫਾਦਰ ਦੀ ਜਿਹੜੀ ਰਿਸਪੈਕਟ ਆ ਜਾਂ ਫੀਸ ਆ ਮੈਡੀਕਲੀ ਤੌਰ ਤੇ ਕੀ ਹੋਊਗੀ ਚਾਕਲੇਟ ਦੇ ਬੱਚੇ ਪੈਦਾ ਹੁੰਦੇ ਨੇ ਨਹੀਂ ਮੈਡੀਕਲ ਤੇ ਦੇਖੋ ਜਿੰਨੀ ਨੌਲੇਜ ਹੈ ਕਿ ਮਤਲਬ ਇਹਦਾ ਜਦੋਂ ਰੰਗ ਰੂਬ ਹੀ ਇਸ ਤਰ੍ਹਾਂ ਦਾ ਨਹੀਂ ਨਹੀਂ ਬਿਲਕੁਲ ਬਲੈਕ ਬਲੈਕ ਮੇਲ ਆ ਉਹ ਪਰ ਉਹ ਬੱਚੇ ਹਾਂ ਦੇਖੋ ਮਤਲਬ ਇਸ ਇਹਦੇ ਫਾਦਰ ਦੀ ਖਾਸੀਅਤ ਇਹੀ ਹੈ ਵੀ ਇਹ ਚਾਕਲੇਟ ਬੱਚੇ ਪੈਦਾ ਕਰਦਾ ਇਸੇ ਕਰਕੇ ਉਹ ਤਾਂ ਮੇਟੀਆਂ ਮਤਲਬ ਵੱਧ ਲੋਕ ਹੋਣਗੇ ਨਹੀਂ ਕਿ ਸਰਚ ਨਹੀਂ ਕਰੀ ਜਾਂ ਪੁੱਛਿਆ ਨਹੀਂ ਵੀ ਕਰ ਜਾਂਦੀ ਕੋਈ ਵੀ ਇਹ ਕੀ ਚੱਕਰ ਹੈ ਯਾਰ ਨਹੀਂ ਕਲਰ ਤਾਂ ਦੇਖੋ ਆਉਂਦੇ ਹੀ ਨੇ ਤਿੰਨ ਕਲਰ ਆਉਂਦੇ ਨੇ ਚਾਰ ਚਾਰ ਕਲਰ ਆਉਂਦੇ ਨੇ ਲੈ ਵਿੱਚ ਠੀਕ ਹੈ ਨਾ ਨਹੀਂ ਬਲੈਕ ਦਾ ਬਲੈਕ ਸੋਨੇ ਚੱਲ ਨਹੀਂ ਅਰੇ ਤੁਸੀਂ ਆਂਦ ਲੋ ਵੀ ਇਹ ਡਿਪੈਂਡ ਕਰਦਾ ਜੇ ਮਾਰਕੀਟ ਦੇ ਵਿੱਚ ਜਿਹੜੀ ਚੀਜ਼ ਘੱਟ ਆ ਜੀ ਉਹ ਓਬਵੀਅਸਲੀ ਉਹਦੀ ਡਿਮਾਂਡ ਵੱਧ ਹੋਊਗੀ ਹੂੰ ਠੀਕ ਹੈ ਹੁਣ ਇਹ ਚਾਕਲੇਟ ਬੱਚੇ ਦੀ ਡਿਮਾਂਡ ਵੱਧ ਹੈ ਚਾਕਲੇਟ ਨੂੰ ਲੋਕ ਜ਼ਿਆਦਾ ਤਰਜੀਹ ਦਿੰਦੇ ਨੇ ਉਹ ਕਿਤੇ ਤੁਹਾਡੇ ਕੋਲ ਹੀ ਹੈ ਨੇ ਨੇ ਉਹ ਸਾਡੇ ਬ੍ਰਦਰ ਦੇ ਮਨਜੀਤ ਵਰਮਾ ਜੀ ਕਹਾਣੇ ਤੋਂ ਉਹਨਾਂ ਕੋਲ ਟੌਮ ਉਹਦਾ ਨਾਮ ਹੈ ਸੁਲਤਾਨ ਦਾ ਬੱਚਾ ਉਹ ਤੇ ਬਹੁਤ ਮਤਲਬ ਬਹੁਤ ਬਹੁਤ ਅਸਲੀ ਨਸਲ ਤੋਂ ਨਸਲ ਵੀ ਹੁੰਦਾ ਵੀ ਲੈਬਰੇ ਕੁੱਤੀ ਲੈਬਰੇ ਤੋਂ ਹੀ ਲਵਾਉਣੀ ਐ ਜੇ ਹੁੰਦਾ ਵੀ ਲੈਬਰੇ ਕੁੱਤੀ ਕਿਸੇ ਹੋਰ ਕੁੱਤੇ ਦੀ ਨਸਲ ਨਾਲ ਮਿਸ਼ਰ ਨਹੀਂ 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 ਉਹ ਉਹਦਾ ਨਹੀਂ ਕਰਾ ਸਕਦੇ ਲੈਬਰੇ ਤਾਂ ਫਿਰ ਲੈਬਰੇ ਤੋਂ ਹੀ ਬੱਚੇ ਦੇਊਗੀ ਨਾ ਜੀ ਜੇ ਤੁਸੀਂ ਹੋਰ ਨਾਲ ਮੈਟ ਕਰਾ ਦੋਗੇ ਉਹਨੂੰ ਤੁਸੀਂ ਕੀ ਮੰਨੋਗੇ ਕੁਝ ਵੀ ਨਹੀਂ ਤੇ ਲੋਕ ਹੀ ਨਹੀਂ ਉਹਨੂੰ ਸਪੈਕਟ ਕਰਦੇ ਕੀ ਕੀ ਕਿਹੜੀ ਗੱਲ ਫਰਕ ਪੈ ਜਾਂਦਾ ਫਿਰ ਹੁਣ ਤੁਸੀਂ ਲੈਬਰੇ ਦੇ ਜਰਮਨ ਨਾਲ ਕਰ ਦੋ ਨਾ ਹੁਣ ਜਰਮਨ ਸ਼ਬੜ ਦੇ ਕੰਨ ਉੱਪਰ ਨੇ ਖੜੇ ਨੇਗੇ ਤੇ ਲੈਬਰੇ ਦੇ نیچے ਨੇ ਉਹ ਨਾ ਖੜੇ ਆ ਜਾਂ ਨੀ ਨੀਚੇ ਆ ਇਹਦੀ ਟੇਲ ਬਹੁਤ ਘੱਟ ਛੋਟੀ ਹੁੰਦੀ ਆ ਉਹ ਤੋਂ ਬਹੁਤ ਲੰਬੀ ਹੁੰਦੀ ਆ ਹੁਣ ਇਹ ਜ਼ੀਰੋ ਕੋਡ ਸਾਈਜ਼ ਮੰਨਿਆ ਜਾਂਦਾ ਬਾਲਾਂ ਦਾ ਤੇ ਉਹਦੇ ਉਹਦੇ ਦਾ ਕੋਡ ਹੁੰਦਾ ਜੀ ਤੇ ਉਹਨੂੰ ਕੀ ਮੰਨੋਗੇ ਤੁਸੀਂ ਉਹ ਫਿਰ ਸਾਡੇ ਮਤਲਬ ਇਹ ਗੱਲਾਂ ਸਾਡੇ ਲੈਵਲ ਦੀਆਂ ਨਹੀਂ ਹੈਗੇ ਡੌਗ ਬਰੀਡਰ ਦੇ ਲੈਵਲ ਦੀਆਂ ਨਹੀਂ ਹੈਗੀਆਂ ਹੁਣ ਜਿਹੜਾ ਮਾਤੜ ਬੰਦਾ ਯਾਰ ਨਹੀਂ ਨਹੀਂ ਉਹ ਨਹੀਂ 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 ਮਤਲਬ ਬਰੀਡਿੰਗ ਕਰਨਾ ਚਾਹੀਏ ਹੁਣ ਅਸੀਂ ਮੈਂ ਚਾਹਾਂ ਵੀ ਮੈਂ ਜਰਮਨ ਤੋਂ ਮੀਟਿੰਗ ਕਰਾ ਲਾਂ ਮੈਂ ਕਦੇ ਵੀ ਨਹੀਂ ਕਰਾਉਂਗਾ ਇਹ ਹੋਊਗਾ ਨਾ ਚਲੋ ਇੱਕ ਕੁਦਰਤੀ ਹੁੰਦਾ ਵੀ ਜੇ ਕਿਤੇ ਬਾਹਰ ਚਲੀ ਗਈ ਫੀਮੇਲ ਤਾਂ ਉਹ ਮੀਟਿੰਗ ਹੋ ਗਈ ਮੰਨ ਲਓ ਤੁਹਾਡਾ ਚਲੋ ਠੀਕ ਹੈ ਤੂੰ ਤਾਂ ਜਿਹੜਾ ਬੰਦਾ ਬਰੀਡਿੰਗ ਵਾਲਾ ਹੈ ਉਹ ਤਾਂ ਰੱਖ ਰੂ ਧਿਆਨ ਹੋ ਸਕਦਾ ਬ੍ਰੋਕਰ ਵੀ ਜਾਂ ਡੀਲਰਾਂ ਦਾ ਬੰਦਾ ਉਹ ਵੀ ਧਿਆਨ ਰੱਖ ਲੈ ਹੁਣ ਜਿਹੜਾ ਤੁਹਾਡੇ ਕੋਲ ਆਮ ਬੰਦਾ ਲੈ ਗਿਆ ਆਮ ਬੰਦੇ ਦੀ ਵੀ ਪਰਵਾਸਾ ਇੱਕ ਮੈਂ ਦੱਸਣੀ ਚਾਹਣਾ ਆ ਆਮ ਬੰਦਾ ਜਿਹਦੇ ਕੋਲ ਵੀ ਫੀਮੇਲਾਂ ਨੇ ਹੂੰ ਦੇਖੋ ਹੁਣ ਤਾਂ ਪਹਿਲਾਂ ਕੀ ਉਹਨਾਂ ਨੂੰ ਇੰਨੀ ਅਕਲ ਤਾਂ ਹੁੰਦੀ ਹੋਣੀ ਪੜਾ ਨਹੀਂ 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 ਉਹ ਅਸੀਂ ਦੱਸਦੇ ਹਾਂ ਜੀ ਹੁਣ ਜਿਹੜੀਆਂ ਫੀਮੇਲਾਂ ਨੇ ਫੀਮੇਲ 8 9 ਦਿਨ ਬਲੀਡਿੰਗ ਕਰਦੀ ਹੈ 10ਵੇਂ ਦਿਨ ਸਾਫ਼ ਹੋ ਜਾਂਦੀ ਹੈ ਠੀਕ ਹੈ 9ਵੇਂ ਦੀ ਸਾਫ਼ ਹੋ ਜਾਂਦੀ ਹੈ ਉਹ ਠੀਕ ਹੈ 9ਵੇਂ ਤੋਂ 11ਵੇਂ ਉਹਨੂੰ ਮੀਟਿੰਗ ਕਰਾਉਂਦੇ ਨੇ ਹੂੰ ਠੀਕ ਹੈ ਤੇ ਜਦੋਂ ਪਹਿਲਾਂ ਤਰੀਕਾ ਆਉਂਦਾ ਹੁੰਦਾ ਸੀ ਇਹ ਤਰੀਕਾ ਵਰਤਦੇ ਸੀ ਅਸੀਂ ਮੈਂ ਵੀ ਉਹਨਾਂ ਚੋਂ ਆ ਵੀ 9ਵੇਂ ਤੇ 11ਵੇਂ ਮੀਟਿੰਗ ਕਰਾ ਲਈ ਫਿਰ ਉਦੋਂ ਆ ਦੇ ਇੱਕ ਸਲਾਈਡ ਆ ਗਈ ਵੀ ਆਪਾਂ ਫੀਮੇਲ ਦੀ ਸਲਾਈਡ ਬਣਾ ਲਈਏ ਵੀ ਕਿਹੜੇ ਦਿਨ ਇਹਦਾ ਸਹੀ ਟਾਈਮ ਹੂੰ ਤੇ ਉਸ ਤੋਂ ਬਾਅਦ ਹੁਣ ਆ ਗਿਆ P4 ਪ੍ਰੈਸਟੋਨ ਟੈਸਟ ਹੋਣ ਲੱਗ ਗਿਆ ਹੂੰ ਵੀ ਇਸ ਦਿਨ ਆਪਾਂ ਲੈਵਲ ਇਹਦਾ ਇੰਨਾ ਹੋਣਾ ਚਾਹੀਦਾ ਉਹ ਇੱਕ ਕਰਾਈਟੇਰੀਆ ਬਣਾਇਆ ਹੋਇਆ ਵੀ ਇਸ ਦਿਨ ਮੀਟਿੰਗ ਹੋ ਚੁਗੀ ਹੂੰ ਪਰ ਹੁਣ ਜਿਹੜਾ ਬਰੀਡਰ ਆ ਨਾ ਬਰੀਡਰ ਤਾਂ ਕੁੱਤੀ ਨੂੰ ਦੇਖ ਕੇ ਜ ਹੱਥ ਲਾ ਕੇ ਚੈੱਕ ਕਰ ਲੈਂਦਾ ਵੀ ਇਹ ਮੇਲ ਐਕਸਪੈਕਟ ਕਰ ਰਹੀ ਹੈ ਤਾਂ ਮੀਟਿੰਗ ਕਰਾ ਦੋ ਇਹ ਵੀ ਬਹੁਤ ਮਤਲਬ ਹੋਇਆ ਪਰ ਜਿਹੜਾ ਆਮ ਆਮ ਬੰਦਾ ਦਾ ਆਮ ਉਹਦਾ ਮੰਨ ਲਓ ਅੱਜ ਉਹਦੀ ਬਲੀਡਿੰਗ ਸ਼ੁਰੂ ਹੋ ਗਈ ਤਾਂ ਉਹ ਦੋ 9 ਦਿਨ ਉਹਦੀ ਵੇਟ ਕਰੇ 9 ਤੋਂ 9ਵੇਂ ਦਿਨ ਉਹਨੂੰ ਮੀਟਿੰਗ ਕਰਾ ਦਿਓ ਇੱਕ ਦਿਨ ਛੱਡ ਕੇ ਫਿਰ 11ਵੇਂ ਦਿਨ ਮੀਟਿੰਗ ਕਰਾਓ 100% ਰਿਜ਼ਲਟ ਆਈ ਕੋਈ ਦਿੱਕਤ ਨਹੀਂ ਹੈਗੀ ਬੱਚੇ ਦੇਊਗੀ ਉਹ ਇਹ ਮੀਟਿੰਗ ਦੋ ਵਾਰੀ ਕਰਨੀ ਪੈਂਦੀ ਹੈ ਹਾਂ ਪੀ 4 ਦੇ ਵਿੱਚ ਪਤਾ ਕੀ ਐਪੀ 4 ਦੇ ਵਿੱਚ ਆਪਾਂ ਨੂੰ ਪਤਾ ਲੱਗ ਜਾਂਦਾ ਜਿਹੜੇ ਪੀ 4 ਕੀ ਹੈ ਜੀ ਪੀ 4 ਪ੍ਰੈਸਟੋਨ ਟੈਸਟ ਆ ਵੀ ਇੱਕ ਜਦੋਂ ਤੋਂ ਕੁੱਤੀਆਂ ਦੂਰ ਲੈ ਕੇ ਜਾਣੀਆਂ ਪੈਂਦੀਆਂ ਡੌਗ ਫੀਮੇਲਾਂ ਦੂਰ ਲੈ ਕੇ ਜਾਣੀਆਂ ਪੈਂਦੀਆਂ ਜੇ ਕਿਸੇ ਨੰਮੇ ਬੰਦੇ ਨੇ ਬਰੀਡਰ ਬਣਨਾ ਹੋਵੇ ਜੀ ਪਹਿਲਾਂ ਤਾਂ ਇਹ ਐਸੋ ਵੀ ਉਹ ਬੰਦਾ ਕੌਣ ਬਰੀਡਰ ਬਣਨ ਬਾਰੇ ਸੋਚੇ ਬਰੀਡਰ ਬਣਨ ਵਾਸਤੇ ਉਹ ਸੋਚੇ ਜਿਨੇ ਕੰਮ ਲੌਂਗ ਟਾਈਮ ਚਲਾਉਣਾ ਦੂਜਾ ਬਰੀਡਰ ਪਹਿਲਾਂ ਸਿੱਖੇ ਕੋਈ ਵੀ ਕੰਮ ਆ ਜੀ ਸਿੱਖੇ ਤੋਂ ਬਿਨਾ ਨਹੀਂ ਹੁੰਦਾ ਪਰ ਮੋਸਟਲੀ ਡੌਗ ਵਾਲੇ ਫੇਲ ਕਿਉਂ ਹੁੰਦੇ ਨੇ ਵੀ ਮਤਲਬ ਕੁੱਤ ਕਿਸੇ ਨੂੰ ਦੇਖ ਕੇ ਆਪਾਂ ਕੰਮ ਚਲਾ ਲਿਆ ਉੱਤੇ ਰੱਖ ਲੇ ਤੇ ਵੀ ਉਹ ਕੰਮ ਚੱਲ ਜੂ ਨਹੀਂ ਪਰ ਉਹਨੂੰ ਸਿੱਖਣਾ ਬਹੁਤ ਜ਼ਰੂਰੀ ਆ ਜਦੋਂ ਤੱਕ ਆਪਾਂ ਨੂੰ ਉਹਦੀਆਂ ਬਿਮਾਰੀਆਂ ਬਾਰੇ ਜਦੋਂ ਤੱਕ ਉਹਨੂੰ ਉਹ ਆਪਾਂ ਨੂੰ ਉਹਦੇ ਖਾਣ ਪਾਣ ਬਾਰੇ ਨਹੀਂ ਪਤਾ ਲੱਗਦਾ ਜਦੋਂ ਤੱਕ ਆਪਾਂ ਨੂੰ ਇਹ ਨਹੀਂ ਪਤਾ ਕਿ ਵੀ ਆਪਾਂ ਡੌਗ ਦਾ ਖਰਚਾ ਕਿਵੇਂ ਘਟਾ ਸਕਦੇ ਆ ਉਦੋਂ ਤੱਕ ਬਰੀਡਰ ਬਣਨ ਦੀ ਕੋਸ਼ਿਸ਼ ਕੋਈ ਨਾ ਕਰੇ ਹੂੰ ਦੂਸਰੀ ਗੱਲ ਸਭ ਤੋਂ ਜਿਹੜਾ ਔਖਾ ਪ੍ਰੋਸੈਸ ਏ ਆ ਵੀ ਜਦੋਂ ਅਸੀਂ ਮੀਟਿੰਗ ਕਰਾ ਲਈ ਫੀਮੇਲ ਮੀਟਿੰਗ ਕਰਾ ਲਈ ਫੀਮੇਲ ਮੀਟਿੰਗ ਕਰਾਉਣ ਤੋਂ ਬਾਅਦ 2 ਮਹੀਨੇ ਤੁਹਾਡੇ ਕੋਲ ਪੂਰਾ ਸਿੱਖਣ ਦਾ ਟਾਈਮ ਆ ਹੂੰ 20-20 ਦਿਨਾਂ ਦੇ ਸੈਟਅਪ ਲਾਉਂਦੇ ਆ ਜੀ ਜੇ ਜੋ ਮੇਰੇ ਤੇ ਲਾ ਲੋ 20 ਦਿਨਾਂ ਦਾ ਸੈਟਅਪ ਇੱਕ ਆ 20 ਦਿਨਾਂ ਦਾ ਇੱਕ ਆ 20 ਦਿਨਾਂ ਦਾ ਇੱਕ ਆ ਤਿੰਨ ਪ੍ਰੋਸੈਸ ਚ ਅਸੀਂ ਫੀਮੇਲ ਨੂੰ ਕੰਪਲੀਟ ਕਰਾਉਨੇ ਆ ਤੇ ਕਦੇ ਵੀ ਸ਼ਾਇਦ ਬੱਚੇ ਮਤਲਬ ਖਾਲੀ ਫੀਮੇਲ ਸਾਡੀ ਨਹੀਂ ਗਈ ਉਹਦਾ ਕਾਰਨ ਕੀ ਆ ਅਸੀਂ 20-20 ਦਿਨ ਨੋਟ ਕਰਦੇ ਆ ਮੰਨ ਲਓ ਇੱਕ ਤਰੀਕ ਨੂੰ ਫੀਮੇਲ ਮੇਟ ਹੋ ਗਈ ਤਾਂ ਅਸੀਂ ਉਹ 20 ਤਰੀਕ ਨੋਟ ਕੀਤੀ ਹੋਈ ਆ ਵੀ 20 ਦਿਨਾਂ ਨੂੰ ਕੀ ਦੇਣਾ 20 ਦਿਨਾਂ ਬਾਅਦ ਉਸ ਤੋਂ ਬਾਅਦ ਕੀ ਦੇਣਾ 20 ਦਿਨਾਂ ਤੋਂ ਉਸ ਤੋਂ ਬਾਅਦ ਕੀ ਦੇਣਾ ਫਿਰ ਜਿਹੜੇ ਪਹਿਲੇ 8 ਦਿਨ ਨੇ ਉਹ ਅਸੀਂ ਬੱਚੇ ਮਦਰ ਦੇ ਥੱਲੇ ਨਹੀਂ ਛੱਡਦੇ ਉਹਦਾ ਕਾਰਨ ਕੀ ਆ ਕਾਰਨ ਇਹ ਆ ਵੀ ਮਦਰ ਪਹਿਲੇ ਤਾਂ 3 ਦਿਨ ਉਹਨੂੰ ਬੁਖਾਰ ਹੁੰਦਾ ਜਿਵੇਂ ਲੇਡੀਜ਼ ਨੂੰ ਪ੍ਰੈਗਨੈਂਟ ਮਤਲਬ ਡਿਲੀਵਰੀ ਤੋਂ ਬਾਅਦ ਬੁਖਾਰ ਆ ਤਾਂ ਬੱਚ ਉਹ ਫੀਮੇਲ ਨੂੰ ਵੀ ਇਦਾਂ ਹੀ ਹੁੰਦਾ ਜੀ ਡੌਗ ਦੇ ਵਿੱਚ ਵੀ ਇਹੀ ਪ੍ਰੋਬਲਮ ਹੈ ਮਤਲਬ ਉਹਨੂੰ ਬੁਖਾਰ ਹੁੰਦਾ ਬੁਖਾਰ ਦੇ ਵਿੱਚ ਉਹ ਮਤਲਬ ਉਹ ਸੁਧ-ਬੁਧ ਨਹੀਂ ਰਹਿੰਦੀ ਉਹਨੂੰ ਉਹ ਬੱਚਾ ਥੱਲੇ ਚਲੇ ਗਿਆ ਬੱਚਾ ਦੱਬ ਕੇ ਮਾਰਦਾ ਉਹ ਪ੍ਰੋਬਲਮ ਹੈ ਤਾਂ 7 ਦਿਨ ਤਾਂ ਜੀ ਪੂਰੀ ਉਹਦੀ ਕੇਅਰ ਕਰਨੀ ਪੈਂਦੀ ਹੈ ਤੇ ਬੱਚੇ ਹਰ ਪਹਿਲੇ 3 ਦਿਨ ਪਹਿਲੇ ਮੰਨ ਲਓ 1 ਦਿਨ 1-1 ਘੰਟੇ ਬਾਅਦ ਦੁੱਧ ਪਿਲਾਓ ਫਿਰ ਦੂਸਰੇ ਦਿਨ 1.5-1.5 ਘੰਟੇ ਬਾਅਦ ਕਰ ਦਿਓ ਫਿਰ ਤੀਸਰੇ ਦਿਨ ਕੀ ਹੈ 2-2 3-3 2-2 2.5-2.5 3-3 ਘੰਟੇ ਬਾਅਦ ਦੁੱਧ ਪਲਾਓ ਸੀ ਬੱਚੇ ਨੂੰ ਥੱਲੇ ਲਾਓ ਤਾਂ ਇਹ ਪ੍ਰੋਸੈਸ ਕੰਪਲੀਟ ਹੁੰਦਾ ਜਿਹੜਾ ਨਵੇਂ ਨਵੇਂ ਬੰਦੇ ਅੱਜ ਡੌਗ ਦੇ ਵਿੱਚ ਬੰਦੇ ਫੇਲ ਹੋਣ ਦਾ ਕਾਰਨ ਕੀ ਆ ਮਾੜੀ ਬਰੀਡਿੰਗ ਕਰਨਾ ਹੂੰ ਮਾੜੀ ਫੀਮੇਲ ਲੈਣਾ ਮਾੜੀ ਉਹਦੇ ਤੇ ਮਾੜਾ ਡੌਗ ਚਲਾਉਣਾ ਤੇ ਮਾੜੀ ਉਹਦਾ ਰਿਜ਼ਲਟ ਵੀ ਬਹੁਤਾ ਵਧੀਆ ਨਹੀਂ ਨਾ ਹੁੰਦਾ ਜੀ ਜੀ ਜਦੋਂ ਤੁਹਾਡੇ ਕੋਲ ਕੁਆਲਿਟੀ ਹੋਗੀ ਨਾ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਤੁਹਾਡੇ ਤੁਹਾਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਕਦੇ ਬ੍ਰਾਂਡ ਦੇ ਬਾਹਰ ਲੋਕ ਹੱਥ ਮਾਰਦੇ ਦੇਖੇ ਨੇ ਹੂੰ ਨੈਕੀ ਜਿਹੜੀ ਦੱਸਦੇ ਲੋਕ ਜਿੰਨੇ ਵੀ ਡੌਗ ਮਤਲਬ ਹੈਗੇ ਨੇ ਠੀਕ ਹੈ ਨਾ ਬ੍ਰਾਂਡ ਨੇ ਉਹਨਾਂ ਦੇ ਕਦੇ ਵੀ ਕਿਸੇ ਨੂੰ ਹੱਥ ਮਾਰਦੇ ਬ੍ਰਾਂਡ ਦੇ ਤਾਂ ਜਿਹਨੂੰ ਲੋੜ ਹੈ ਜੀ ਉਹ ਹੀ ਜਾਂਦਾ ਤੁਸੀਂ ਆਪਦੇ ਆਪ ਨੂੰ ਬ੍ਰਾਂਡ ਬਣਾਓ ਠੀਕ ਹੈ ਤੇ ਦੁਕਾਨਾਂ ਦੇ ਬਾਹਰ ਬਾਜ ਮਾਰਨ ਵਾਲਾ ਗੱਲਾਂ ਨਾ ਕਰੋ ਜੇ ਜੇ ਤੁਹਾਡੇ ਕੋਲ ਕੁਆਲਿਟੀ ਹੈ ਜੇ ਤੁਹਾਡੇ ਕੋਲ ਓਨੈਸਟ ਹੈ ਜੇ ਤੁਸੀਂ ਸਹੀ ਕਿਸੇ ਨੂੰ ਗਾਈਡ ਸਹੀ ਕਰੋਗੇ ਨਾ ਤਾਂ ਤੁਹਾਨੂੰ ਆਪਣੇ ਆਪ ਮਤਲਬ ਹੋ ਜਾਂਦਾ ਪਰ ਡੌਗ ਦੇ ਵਿੱਚ ਪਤਾ ਕੀ ਹੈ ਬਹੁਤ ਗੱਲਾਂ ਇਹ ਆ ਵੀ ਹਰੇਕ ਬੰਦਾ ਡੌਗ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਨੂੰ ਪੈਂਦਾ ਇੱਥੇ ਠੀਕ ਹੈ ਹੁੰਦਾ ਵੱਢਣ ਨੂੰ ਪੈਂਦੇ ਹੋਣੀ ਹਾਂ ਪੈਂਦੇ ਆ ਜੀ ਪੈਂਦੇ ਆ ਤੇ ਪਰ ਮੈਂ ਮਤਲਬ ਅਸੀਂ ਕਦੇ ਵੀ ਇਹੋ ਜਿਹਾ ਨਹੀਂ ਉਹ ਕਰਨਾ ਪਾ ਕਈ ਇਹ ਆ ਵੀ ਡੌਗ ਦੇ ਵਿੱਚ ਇਹ ਆ ਵੀ ਜਿਹੜੇ ਨਵੇਂ ਬੰਦੇ ਆ ਰਹੇ ਉਹਨਾਂ ਦੀ ਪੇਸ਼ੈਂਸ ਨਹੀਂ ਹੈਗੀ ਉਹਨਾਂ 'ਚ ਹੂੰ ਪੇਸ਼ੈਂਸ ਨਹੀਂ ਹੈਗੀ ਵੀ ਕੋਈ ਵੀ ਚੀਜ਼ ਥੋੜੀ ਜਿਹੀ ਹੋ ਗਈ ਤਾਂ ਉਹਨੂੰ ਜਿਹੜਾ ਬੰਦਾ ਉਹਨੂੰ ਮਾੜਾ ਜਾਂ ਕੁਝ ਦੱਸ ਰਿਹਾ ਜਾਂ ਕੁਝ ਉਹ ਤੇ ਥੋਪ ਦੇਣਾ ਇਹ ਵੀ ਤਾਂ ਗਲਤ ਆ ਨਾ ਤੁਸੀਂ ਇੰਨੇ ਕਿ ਪਰਫੈਕਟ ਹੋ ਕੇ ਕੁੱਤੇ ਰੱਖੋ ਇੰਨੇ ਕਿ ਪਰਫੈਕਟ ਹੋ ਕੇ ਡੌਗ ਦਾ ਕੰਮ ਕਰੋ ਵੀ ਕੱਲ ਨੂੰ ਤੁਹਾਨੂੰ ਕੋਈ ਪ੍ਰੋਬਲਮ ਹੁੰਦਾ ਇੰਨਾ ਕਿ ਤੁਸੀਂ ਆਪ ਕਰ ਸਕੋ ਵੀ ਕਿਸੇ ਨੂੰ ਕਹਿਣ ਦੀ ਲੋੜ ਨਾ ਪਵੇ ਇਸ ਕਰਕੇ ਵੀ ਜਿਹੜੇ ਬਰੀਡਿੰਗ ਕਰਨੀ ਚਾਹੁੰਦੇ ਨੇ ਤਾਂ ਉਹ ਪਹਿਲਾਂ ਸਿੱਖਣ ਵਧੀਆ ਬਰੀਡਰ ਕੋਲੋਂ ਬਰੀਡ ਫੀਮੇਲ ਲੈਣਾ ਜਿਹਦੀ ਆਪ ਦੀ ਇੱਜ਼ਤ ਹੋਵੇ ਜਿੱਦਿ ਡੌਗ ਦੇ ਵਿੱਚ ਆਪਦੀ ਰਿਸਪੈਕਟ ਆ ਗਈ ਉਹੀ ਕੱਲ ਨੂੰ ਤੁਹਾਨੂੰ ਕਾਮਯਾਬ ਕਰ ਸਕਦਾ ਆਦਰਵਾਇਜ਼ ਜਿਨੇ ਪੈਸੇ ਕਮਾਉਣੇ ਆ ਤਾਂ ਉਹ ਛੋਟੇ ਤੋਂ ਫੀਮੇਲ ਲੈ ਕੇ ਮੁੜ ਕੇ ਛੋਟੇ ਫੋਨ ਵੀ ਨੀ ਚੱਕਦੇ ਹੂੰ ਤੁਸੀਂ ਸੁਣਿਆ ਮਨਪ੍ਰੀਤ ਬੁਰਲਾਡਾਂ ਨੂੰ ਕੁੱਤਿਆਂ ਦਾ ਕੰਮ ਮਨਪ੍ਰੀਤ ਨੂੰ ਬੜੇ ਲੰਮੇ ਅਰਥੇ ਤੋਂ ਅਸੀਂ ਦੇਖਦੇ ਆਂ ਸਭ ਤੋਂ ਬੇਸ਼ੱਕ ਹਰ ਬੰਦਾ ਰੋਜੀ ਰੋਟੀ ਦੇ ਲਈ ਪੈਸੇ ਕਮਾਉਣ ਦੇ ਲਈ ਕੋਈ ਵੀ ਕਿੱਤਾ ਕਰਦਾ ਹੈ ਕੋਈ ਵੀ ਕੰਮ ਕਰਦਾ ਹੈ ਪਰ ਜਿਵੇਂ ਕਿ ਕੁੱਤਿਆਂ ਦਾ ਕੰਮ ਕਰਦੇ ਆ ਤਾਂ ਸਭ ਤੋਂ ਵੱਡੀ ਗੱਲ ਮੈਨੂੰ ਇਹ ਲੱਗਦੀ ਹੈ ਕੁੱਤੇ ਨੂੰ ਪਿਆਰ ਕਰਨ ਵਾਲਾ ਬੰਦਾ ਹੀ ਕੁੱਤਿਆਂ ਦਾ ਕੰਮ ਕਰ ਸਕਦਾ ਆ ਆਮ ਬੰਦੇ ਦੇ ਵਾਸਤੇ ਗੱਲ ਨਹੀਂ ਹੈ ਜਿਹੜਾ ਕੁੱਤਿਆਂ ਨੂੰ ਪਿਆਰ ਕਰਦਾ ਉਹੀ ਬੰਦਾ ਇਸ ਕਿਤੇ ਤੇ ਆਵੇ ਤੇ ਉਸ ਇਹੋ ਜਿਹੇ ਪਿਆਰ ਕਰਨ ਵਾਲੇ ਬੰਦੇ ਨੂੰ ਬਹੁਤ سارے ਲੋਕ ਪਿਆਰ ਕਰਨ ਵਾਲੇ ਮਨਪੀਤ ਵਰਗੇ ਲੋਕ ਮਿਲ ਜਾਂਦੇ ਨੇ ਸਾਡੀ ਇਹ ਮੁਲਾਕਾਤ ਤੁਹਾਨੂੰ ਵਧੀਆ ਲੱਗੀ ਹੋਵੇਗੀ ਸਮੇਂ-ਸਮੇਂ ਤੇ ਅਸੀਂ ਤੁਹਾਡੇ ਰੂਬਰੂ ਹੁੰਦੇ ਰਹਾਂਗੇ ਤਾਂ ਕਿ ਜਿਹੜੇ ਕੁੱਤਿਆਂ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਹ ਚੰਗੀ ਬਰੀਡਿੰਗ ਚੰਗੀਆਂ ਨਸਲਾਂ ਕੁੱਤਿਆਂ ਦੇ ਪਾਲਣਹਾਰ ਕੰਮ ਕਰਨ ਅੱਗੇ ਵਧਣ ਸੋ ਬਣੇ ਰਹੋ ਸਰਲੇਖ ਦੇ ਨਾਲ